ਸਵਾਗਤ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗੱਲਾਂ ਤੇ ਗੀਤ ਮੈਂ ਹਾਂ ਸ਼ੁਕਰਗੁਜ਼ਾਰ ਸਿੰਘ ਦੋਸਤੋ ਜ਼ਿੰਦਗੀ ਬਹੁਤ ਅਨਮੋਲ ਹੈ ਪਰਮਾਤਮਾ ਨੇ ਸਾਨੂੰ ਇਹ ਜ਼ਿੰਦਗੀ ਬਖਸ਼ੀ ਹੈ ਸਾਨੂੰ ਜੀਵਨ ਦੀ ਜਾਚ ਬਖਸ਼ੀ ਹੈ ਤਾਂ ਪਰਮਾਤਮਾ ਨੇ ਸਾਨੂੰ ਬਹੁਤ ਸਾਰੇ ਰਿਸ਼ਤਿਆਂ ਦੇ ਵਿੱਚ ਬੰਨ੍ਹ ਦਿੱਤਾ ਹੈ ਉਹ ਰਿਸ਼ਤੇ ਜੋ ਸਾਨੂੰ ਦੱਸਦੇ ਨੇ ਕਿ ਅਸੀਂ ਭੈਣ ਭਾਈਆਂ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ ਅਸੀਂ ਮਾਪੇ ਦੇ ਨਾਲ ਕਿਹੋ ਜਿਹਾ ਵਿਹਾਰ ਕਰਨਾ ਹੈ ਅਸੀਂ ਚਾਚੇ ਤਾਇਆ ਦੇ ਨਾਲ ਕਿਸ ਤਰ੍ਹਾਂ ਰਿਸ਼ਤੇਦਾਰੀਆਂ ਗਿਵਦਾਉਣੀਆਂ ਨੇ ਗੁਰਬਾਣੀ ਕਹਿੰਦੀ ਹੈ ਕਿ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਨ ਅੰਦਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਆ ਜਾਂਦਾ ਹੈ ਤਾਂ ਉਸਦੇ ਕਈ ਰਿਸ਼ਤੇ ਬਣਨੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਹ ਜਦੋਂ ਇਹ ਦੁਨੀਆ ਦੇਖਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਕੌਣ ਮੇਰਾ ਚਾਚਾ ਹੈ ਕੌਣ ਮੇਰਾ ਤਾਇਆ ਹੈ ਕੌਣ ਮੇਰਾ ਕੋਈ ਕੌਣ ਮੇਰੀ ਭੈਣ ਹੈ ਤੇ ਕਿਹੜਾ ਮੇਰਾ ਭਰਾ ਹੈ ਤੇ ਕਿਸ ਤਰ੍ਹਾਂ ਮੈਂ ਦੁਨੀਆ ਦੇ ਵਿੱਚ ਅੱਗੇ ਵਧਦੇ ਹੋਏ ਰਿਸ਼ਤਿਆਂ ਨੂੰ ਨਿਭਾਉਣਾ ਹੈ ਅੱਜ ਅਸੀਂ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਵੀ ਰਿਸ਼ਤਿਆਂ ਦੀ ਗੱਲਬਾਤ ਕਰਨੀ ਹੈ ਅੱਜ ਅਸੀਂ ਗੱਲਬਾਤ ਕਰਨੀ ਹੈ ਪਰਿਵਾਰਕ ਰਿਸ਼ਤਿਆਂ ਦੀ ਮਹੱਤਤਾ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਸਰਦਾਰ ਬਲਦੇਵ ਸਿੰਘ ਸੜਕਨਾਮਾ ਜੀ ਜੋ ਕਿ ਬਹੁਤ ਹੀ ਉੱਗੇ ਨਾਵਲਿਸਟ ਨੇ ਬਹੁਤ ਉੱਗੇ ਸਾਹਿਤਕਾਰ ਨੇ ਅੱਜ ਮੇਰੇ ਨਾਲ ਤੁਹਾਡੇ ਨਾਲ ਦੂਰਦਰਸ਼ਨ ਜਲੰਧਰ ਦੇ ਇਸ ਮਾਧਿਅਮ ਦੇ ਰਾਹੀਂ ਗੱਲਾਂ ਬਾਤਾਂ ਕਰਨਗੇ ਰਿਸ਼ਤਿਆਂ ਦੇ ਮਹੱਤਤ ਦੀ ਪਰਿਵਾਰਕ ਰਿਸ਼ਤਿਆਂ ਦੇ ਮਹੱਤਵ ਦੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਵੀ ਬਹੁਤ ਬਹੁਤ ਦੂਰਦਰਸ਼ਨ ਦਾ ਧੰਨਵਾਦ ਸਰੋਤਿਆਂ ਦਾ ਦਰਸ਼ਕਾਂ ਦਾ ਸਭ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਸਰ ਸਾਡਾ ਅੱਜ ਦਾ ਵਿਸ਼ਾ ਹੈ ਪਰਿਵਾਰਕ ਰਿਸ਼ਤੇ ਤੇ ਇਹਨਾਂ ਰਿਸ਼ਤਿਆਂ ਦੀ ਮਹੱਤਤਾ ਰਿਸ਼ਤੇ ਤਾਂ ਬਹੁਤ ਸਾਰੇ ਨੇ ਰਿਸ਼ਤਿਆਂ ਦੇ ਵਿੱਚ ਇਨਸਾਨ ਵੱਜਾ ਹੋਇਆ ਹੈ ਪਰ ਇਹਨਾਂ ਰਿਸ਼ਤਿਆਂ ਦਾ ਵਜੂਦ ਇਹਨਾਂ ਰਿਸ਼ਤਿਆਂ ਦੀ ਹੋਂਦ ਇਨਸਾਨ ਨੇ ਕਦੋਂ ਮਹਿਸੂਸ ਕੀਤੀ ਸ਼ੁਕਰਗੁਜ਼ਾਰ ਸਿੰਘ ਜੀ ਸਾਨੂੰ ਬਹੁਤ ਪਿੱਛੇ ਜਾਣਾ ਪਏਗਾ ਬਹੁਤ ਸਦੀਆਂ ਪਿੱਛੇ ਜਿਹੜੇ ਰਿਸ਼ਤੇ ਅਸੀਂ ਅੱਜ ਦੇਖ ਰਹੇ ਹਾਂ ਇੱਕਦਮ ਤਾਂ ਆ ਨਹੀਂ ਗਏ ਹੋ ਜੀ ਸਮਾਜ ਦੇ ਵਿੱਚ ਇੱਕ ਸਮਾਂ ਹੋ ਸੀ ਜਦੋਂ ਮਨੁੱਖ ਜੰਗਲਾਂ 'ਚ ਰਹਿੰਦਾ ਸੀ ਗੁਫਾਵਾਂ 'ਚ ਰਹਿੰਦਾ ਸੀ ਝੁੰਡਾਂ ਦੀ ਸ਼ਕਲ ਵਿੱਚ ਰਹਿੰਦਾ ਸੀ ਉਦੋਂ ਕੋਈ ਇਹੋ ਜਿਹਾ ਅਹਿਸਾਸ ਨਹੀਂ ਸੀ ਜਾਂ ਰਿਸ਼ਤਿਆਂ ਦੇ ਕੋਈ ਹੋਂਦ ਨਹੀਂ ਸੀ ਜੇ ਝੁੰਡ ਦੀਆਂ ਔਰਤਾਂ ਨੇ ਤਾਂ ਉਹ ਸਾਰੇ ਝੁੰਡ ਦੀਆਂ ਸਾਂਝੀਆਂ ਔਰਤਾਂ ਹੁੰਦੀਆਂ ਸੀ ਉਹਨਾਂ ਨਾਲ ਕੀ ਰਿਸ਼ਤੇ ਨੇ ਕੀ ਕੋਈ ਚਾਚੀ ਤਾਈਏ ਕੀ ਕੋਈ ਨਾਨੀ ਨਾਨਾ ਨਾਨੀ ਐ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਭੈਣ ਐ ਜਾਂ ਇਹੋ ਜਿਹਾ ਕੋਈ ਰਿਸ਼ਤਾ ਪਨਪਿਆ ਨਹੀਂ ਸੀ ਔਰਤਾਂ ਸਾਂਝੀਆਂ ਹੁੰਦੀਆਂ ਸੀ ਪਰ ਹੌਲੀ-ਹੌਲੀ ਮਨੁੱਖ ਨੂੰ ਸੋਝੀ ਹੁੰਦੀ ਗਈ ਜਿਵੇਂ-ਜਿਵੇਂ ਵਿਕਾਸ ਹੁੰਦਾ ਗਿਆ ਤਾਕਤਵਰ ਮਨੁੱਖ ਜਿਹੜਾ ਹੈ ਉਹ ਜਾਂ ਤਾਕਤਵਰ ਝੁੰਡ ਸੀ ਉਹ ਦੂਜੇ ਤਾਕਤਵਰਾਂ ਉੱਤੇ ਕਾਬਜ਼ ਹੁੰਦੇ ਰਹੇ ਕਾਬਜ਼ ਹੁੰਦੇ ਰਹੇ ਤਾਂ ਸਿਰ ਤੇਰਾ ਮੇਰਾ ਦਾ ਅਹਿਸਾਸ ਮਨੁੱਖ ਦੇ ਅੰਦਰ ਪੈਦਾ ਹੋਇਆ ਵੀ ਇਹ ਮੇਰਾ ਹੈ ਉਹ ਤੇਰਾ ਹੈ ਜਦੋਂ ਮੇਰਾ ਤੇਰਾ ਦਾ ਅਹਿਸਾਸ ਪੈਦਾ ਹੋਇਆ ਉਦੋਂ ਛੋਟੇ ਝੁੰਡ ਜਿਹੜੇ ਆ ਉਹ ਛੋਟੇ-ਛੋਟੇ ਆਕਾਂਜਾਂ ਚ ਵੰਡੇ ਜਾਣ ਲੱਗੇ ਜੀ ਉਸ ਤੋਂ ਬਾਅਦ ਹੀ ਜਦੋਂ ਇਸ ਤਰ੍ਹਾਂ ਦਾ ਹੋਇਆ ਵੀ ਕਿਸੇ ਤਾਕਤਵਰ ਮਨੁੱਖ ਨੇ ਕੋਈ ਔਰਤ ਨੂੰ ਆਪਣੇ ਕਬਜ਼ੇ ਚ ਰੱਖ ਕੇ ਕਿਹਾ ਵੀ ਇਹ ਮੇਰੀ ਹੈ ਸਿਰਫ ਹੂੰ ਔਰ ਉਸ ਤੋਂ ਜੇ ਉਹ ਬੱਚੇ ਪੈਦਾ ਹੋਏ ਇਹ ਮੇਰਾ ਬੱਚਾ ਹੈ ਹੂੰ ਇਹ 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 ਮੇਰੀ ਧੀ ਹੈ ਇਹ ਮੇਰਾ ਪੁੱਤ ਹੈ ਉਹ ਤੋਂ ਇੱਕ ਜਨਮ ਦੇ ਰਿਸ਼ਤੇ ਆਨੇ ਜੀ ਜਿਹੜੇ ਆ ਬਣਨਾ ਉਹਦੀ ਹੋਂਦ ਉਹਦਾ ਵजूद ਆਉਣਾ ਸ਼ੁਰੂ ਹੋ ਗਿਆ ਜੀ ਉਸ ਤੋਂ ਬਾਅਦ ਹੌਲੀ-ਹੌਲੀ ਉਹ ਜਿਹੜੇ ਰਿਸ਼ਤੇ ਸੀ ਵੀ ਇਹ 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 ਇਸ ਇਸ ਬੱਚੇ ਦਾ ਬਾਪ ਹੈ ਇਸ ਬੱਚੇ ਦੀ ਮਾਂ ਹੈ ਫਿਰ ਖੂਨ ਦੇ ਰਿਸ਼ਤੇ ਸ਼ੁਰੂ ਹੋ ਗਏ ਵੀ ਇਹ ਜੀ ਇਹ ਭੈਣ ਭੈਣ ਹੈ ਭਰਾ ਭਰਾ ਹੈ ਭੈਣ ਭਰਾ ਹੈ ਇਸ ਤਰ੍ਹਾਂ ਹੁੰਦੇ ਹੁੰਦੇ ਰਿਸ਼ਤੇ ਜਿਹੜੇ ਆ ਅੱਗੇ ਅੱਗੇ ਵਧਦੇ ਗਏ ਪਰਿਵਾਰਕ ਰਿਸ਼ਤੇ ਆ ਗਏ ਜੀ ਹੁਣ ਇੱਕ ਜੇ ਇੱਕ ਇੱਕ ਭਰਾ ਹੈ ਉਹਦਾ ਇਹ ਰਿਸ਼ਤਾ ਹੈ ਉਹਦਾ ਦੂਜਾ ਕੋਈ ਭਰਾ ਹੈ ਤੇਰਾ ਚਾਚਾ ਬਣ ਗਿਆ ਜੀ ਇਹ ਤੇਰੀ ਚਾਚੀ ਹੈ ਇਤਰਾ ਜੇ ਉਧਰ ਕੋਈ ਉਧਰ ਲੜਕੀ ਦਾ ਭਰਾ ਹੈ ਜਾਂ ਔਰਤ ਦਾ ਭਰਾ ਹੈ ਇਤਰਾ ਮਾਮਾ ਹੈ ਉਸ ਤਰ੍ਹਾਂ ਦੇ ਰਿਸ਼ਤੇ ਹੌਲੀ ਹੌਲੀ ਪਰਿਵਾਰਕ ਰਿਸ਼ਤੇ ਜਿਹੜੇ ਬਣਦੇ ਗਏ ਇਸ ਤਰ੍ਹਾਂ ਇਸ ਤੋਂ ਅੱਗੇ ਹੋਰ ਰਿਸ਼ਤੇ ਵੀ ਗਾਂ ਬਣਦੇ ਨੇ ਜਦੋਂ ਪਹਿਲਾਂ ਇਸ ਤਰ੍ਹਾਂ ਦਾ ਕੋਈ ਵਿਆਹ ਦਾ ਸੰਕਲਪ ਹੀ ਨਹੀਂ ਸੀ ਸਮਾਜ ਦੇ ਵਿੱਚ ਹੌਲੀ ਹੌਲੀ ਜਦੋਂ ਪਤਾ ਲੱਗਿਆ ਵੀ ਇਸ ਝੁੰਡ ਦੇ ਆ ਜਿਹੜੇ ਜਿਹੜੇ ਲੜਕੇ ਨੇ ਉਹ ਦੂਸਰੇ ਝੁੰਡ ਦੇ ਲੜਕੇ ਨਾਲ ਵਿਆਹੇ ਜਾਣਗੇ ਜਾਂ ਇਸ ਕਬੀਲੇ ਦੇ ਜਿਹੜੇ ਲੜਕੀਆਂ ਹੈ ਉਹ ਦੂਸਰੇ ਕਬੀਲੇ ਦੇ ਮਰ ਜੋਵਾਨਾ ਵੇਜ ਉੱਥੋਂ ਫਿਰ ਇੱਕ ਵਿਆਹ ਦਾ ਜਿਹੜਾ ਸੰਕਲਪ ਜਿਹੜਾ ਸਮਾਜ ਦੇ ਵਿੱਚ ਸਾਡੇ ਬਣਿਆ ਉਸ ਤੋਂ ਬਾਅਦ ਨਵੇਂ ਰਿਸ਼ਤੇ ਬਣੇ ਵਿਆਹ ਵਾਲੇ ਰਿਸ਼ਤੇ ਸੱਸ ਬਣ ਗਈ ਸਹੁਰਾ ਬਣ ਗਿਆ ਜਵਾਈ ਬਣ ਗਿਆ ਫਿਰ ਉਹ ਉਹਦਾ ਜਿਹੜਾ ਜੀਜਾ ਸਾਲੀ ਦੇ ਨਾਂ ਜਿਹੜੇ ਸੰਕਲਪ ਚਾਹੇ ਦਰਾਣੀ ਜਠਾਣੀ ਇੱਕੋ ਕਰਦੀਆਂ ਸਕੀਆਂ ਭੈਣਾ ਜਦੋਂ ਕਿਤੇ ਇੱਕੋ ਕਰ ਦੂਸਰੇ ਕਬੀਲੇ ਦੇ ਵਿੱਚ ਵਹਿ ਜਾਂ ਗੀਆਂ ਉੱਤੇ ਦਰਾਣੀ ਜਠਾਣੀ ਬਣ ਗਈਆਂ ਉਹ ਸਾਡਾ ਲੋਕ ਗੀਤ ਨਾ ਉਹ ਉਹ ਪੇਕੀਨੋ ਵਿੱਚ ਭੈਣਾ ਨੱਚੀਆਂ ਜੀ ਬਿਲਕੁਲ ਸੌਰੀ ਨੱਚੀਆਂ ਦਰਾਨੀਆਂ ਚਠਾਨੀਆਂ ਤੋਂ ਇਸ ਤਰ੍ਹਾਂ ਦੇ ਵਿੱਚ ਉਹ ਭੈਣਾ ਦੇ ਰਿਸ਼ਤੇ ਬਿਲਕੁਲ ਜਿਹੜੇ ਆ ਇਵੇਂ ਭਰਾ ਜੇਠ ਬਣ ਗਿਆ ਦੌਰ ਬਣ ਗਿਆ ਇਹ ਸਾਰੇ ਰਿਸ਼ਤੇ ਹੌਲੀ ਹੌਲੀ ਪਰਿਵਾਰ ਦੇ ਜਨਮ ਦੇ ਰਿਸ਼ਤੇ ਖੂਨ ਦੇ ਰਿਸ਼ਤੇ ਪਰਿਵਾਰ ਦੇ ਰਿਸ਼ਤੇ ਵਿਆਹ ਦੇ ਰਿਸ਼ਤੇ ਆਉਂਦੇ ਆਉਂਦੇ ਫਿਰ ਦੂਸਰੇ ਸਮਾਜਿਕ ਰਿਸ਼ਤੇ ਵੀ ਸਾਡੇ ਆਉਂਦੇ ਆਉਂਦੇ ਬਣਦੇ ਗਏ ਆਪਾਂ ਉਸ ਤੋਂ ਅੱਗੇ ਗੱਲਾਂ ਕਰਦੇ ਚੱਲਾਂਗੇ ਜਿਵੇਂ ਰੂਹ ਦੇ ਰਿਸ਼ਤੇ ਆ ਜਿਵੇਂ ਸਾਡੇ ਸਨੇਹ ਦੇ ਰਿਸ਼ਤੇ ਆ ਦੋਸਤ ਲੜਕੇ ਨੌਜਵਾਨ ਕਿਤੇ ਆਪਣੇ ਰੋਜ਼ਗਾਰ ਚ ਜਾਂਦੇ ਆ ਉੱਥੇ ਉਸ ਨੂੰ ਮਿਲਦੇ ਨੇ ਦੂਸਰੇ ਲੜਕੇ ਮਿਲਦੇ ਉਹਨਾਂ ਨਾਲ ਦੋਸਤੀ ਹੁੰਦੀ ਹੈ ਲੜਕੀਆਂ ਜਾਂਦੀਆਂ ਉਹ ਜਾਂ ਬਾਅਦ ਚ ਸਕੂਲਾਂ ਦੇ ਵਿੱਚ ਜਿਵੇਂ ਅੱਜ ਦੇ ਸਮੇਂ ਚ ਗੱਲ ਕਰੀਏ ਦਾ ਕਾਲਜਾਂ ਦੇ ਵਿੱਚ ਸਹੇਲੀਆਂ ਬਣਦੀਆਂ ਨੇ ਕਈ ਵਾਰੀ ਇਹ ਰਿਸ਼ਤੇ ਜਿਹੜੇ ਆ ਖੂਨ ਦੇ ਰਿਸ਼ਤੇ ਨਾਲੋਂ ਵੀ ਜ਼ਿਆਦਾ ਆਪਸ ਵਿੱਚ ਪੈਂਦੇ ਨੇ ਤੋ ਇਸ ਤਰ੍ਹਾਂ ਹੌਲੀ ਹੌਲੀ ਰੂਹ ਦੇ ਰਿਸ਼ਤੇ ਬਣਦੇ ਨੇ ਇਸ ਤਰ੍ਹਾਂ ਦੋਸਤ ਬਣਦੇ ਨੇ ਸਤਕਾਰ ਦੇ ਰਿਸ਼ਤੇ ਨੇ ਬੜੇ ਰਿਸ਼ਤੇ ਨੇ ਸਾਡੇ ਸਮਾਜ ਦੇ ਵਿੱਚ ਹੌਲੀ-ਹੌਲੀ ਆਪਾਂ ਅੱਗੇ-ਅੱਗੇ ਜਿਵੇਂ ਗੱਲ ਕਰੀ ਬਿਲਕੁਲ ਸਹੀ ਗੱਲ ਹੈ ਜੀ ਸਾਡੇ ਕੋਲ ਕੁਦਰਤ ਨਾਲ ਰਿਸ਼ਤਾ ਹੈ ਸਾਡੇ ਨਾਲ ਸਮਾਜਿਕ ਰਿਸ਼ਤੇ ਨੇ ਇੱਕ ਸਾਹਿਤਕਾਰ ਦੇ ਕਿਤਾਬਾਂ ਨਾਲ ਰਿਸ਼ਤੇ ਨੇ ਬਹੁਤ ਸਾਰੇ ਰਿਸ਼ਤੇ ਨੇ ਪਰ ਅੱਜ ਕੱਲ੍ਹਾਂ ਤੇ ਗੀਤ ਪ੍ਰੋਗਰਾਮ ਵਿੱਚ ਅਸੀਂ ਪਰਿਵਾਰਕ ਰਿਸ਼ਤਿਆਂ ਦੀ ਗੱਲਬਾਤ ਕਰਨੀ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਜਦੋਂ ਵਿਚਰਨਾ ਹੁੰਦਾ ਹੈ ਨਾ ਜਦੋਂ ਅਸੀਂ ਘਰੋਂ ਬਾਹਰ ਨਿਕਲਦੇ ਹਾਂ ਤੇ ਸਾਡੇ ਮੋਢੇ ਤੇ ਸਾਡੀ ਪਿੱਠ ਦੇ ਉੱਤੇ ਥਾਪੜਾ ਸਾਡਾ ਪਰਿਵਾਰ ਹੀ ਦਿੰਦਾ ਹੈ ਤੇ ਕਾਕਾ ਕੀ ਬੇਟੀ ਤੂੰ ਅੱਗੇ ਜ਼ਿੰਦਗੀ ਚ ਵਧਣਾ ਹੈ ਤੈਨੂੰ ਆਸ਼ੀਰਵਾਦ ਦਿੰਨੇ ਹਾਂ ਤੈਨੂੰ ਦੁਆਵਾਂ ਦਿੰਨੇ ਹਾਂ ਇਹ ਪਰਿਵਾਰ ਹੀ ਸਾਨੂੰ ਅੱਗੇ ਨੂੰ ਵਧਾਉਂਦਾ ਹੈ ਇਹ ਮਨੁੱਖੀ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦੀ ਕਿੰਨੀ ਕੁ ਲੋੜ ਹੈ ਦੇਖੋ ਮਨੁੱਖੀ ਜ਼ਿੰਦਗੀ ਸਮਾਜ ਤਾਂ ਰਿਸ਼ਤੇ ਬਿਨਾ ਚੱਲ ਹੀ ਨਹੀਂ ਸਕਦਾ ਹੈਗਾ ਜੀ ਬਹੁਤ ਜ਼ਿਆਦਾ ਲੋੜ ਜੇ ਕਿਸ ਚਾਹੇ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਹੋ ਚਾਹੇ ਉਹ ਪਰਿਵਾਰ ਦੇ ਵਿੱਚ ਪਿਓ ਪੁੱਤ ਦਾ ਰਿਸ਼ਤਾ ਹੈ ਮਾਤੀ ਦਾ ਰਿਸ਼ਤਾ ਸਮਾਜ ਦੇ ਵਿੱਚ ਸਾਡਾ ਜਿਹੜਾ ਕਿਸੇ ਲੋੜ ਦੇ ਰਿਸ਼ਤੇ ਬਣਦੇ ਨੇ ਸਾਡੇ ਸਾਡੇ ਉਹਦੇ ਤਾਈਂ ਗਰਜ਼ਾਂ ਦੇ ਰਿਸ਼ਤੇ ਬਣਦੇ ਨੇ ਜਾਂ ਕਿਸੇ ਹੋਰ ਵੱਡੇ ਕਾਰੋਬਾਰ ਵਿੱਚ ਆ ਉੱਥੇ ਜਾਣਾ ਉਹ ਇੱਕ ਇੱਕ ਨੌਕਰੀ ਦਾ ਰਿਸ਼ਤਾ ਬਣਦਾ ਹੈ ਜੀ ਕਿਸੇ ਤਰ੍ਹਾਂ ਵੀ ਰਿਸ਼ਤੇ ਆ ਬਿਨਾ ਸਮਾਜ ਦਾ ਵਿਕਾਸ ਕਿਸੇ ਢੰਗ ਨਾਲ ਵੀ ਨਹੀਂ ਹੋ ਸਕਾਇਓ ਸਾਡੇ ਪਰਿਵਾਰਾਂ ਦੇ ਰਿਸ਼ਤੇ ਨੇ ਪਰ ਸਮਾਜ ਨਾਲ ਰਿਸ਼ਤਾ ਹੈ ਜਾਂ ਦੇਸ਼ ਤੇ ਦੂਜੇ ਦੇਸ਼ਾਂ ਨਾਲ ਰਿਸ਼ਤੇ ਨੇ ਇਹ ਸਾਰੇ ਰਿਸ਼ਤਿਆਂ ਦੇ ਆਪਸ ਵਿੱਚ ਇਸ ਤਰ੍ਹਾਂ ਦੀ ਇੱਕ ਇੱਕ ਕੜੀ ਜਿਹੜੀ ਆ ਉਹ ਬਣਦੀ ਚਲੀ ਜਾਂਦੀ ਹੈ ਰਿਸ਼ਤਿਆਂ ਦਾ ਮਹੱਤਵ ਮਨੁੱਖੀ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਹੈ ਜੀ ਕਹਿੰਦੇ ਨੇ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ ਨਾ ਤੇ ਉਸਦੇ ਮੂੰਹ ਵਿੱਚ ਸਭ ਤੋਂ ਪਹਿਲਾ ਸ਼ਬਦ ਮਾਂ ਹੀ ਹੁੰਦਾ ਹੈ ਤੇ ਫਿਰ ਕੀ ਹੁੰਦਾ ਹੈ ਉਹ ਉਸਦੇ ਹੰਗਾਰਿਆਂ ਦੇ ਨਾਲ ਜੁੜਦਾ ਹੈ ਫਿਰ ਇੱਕ ਦੂਜੇ ਦੀਆਂ ਬਾਤਾਂ ਪਾਉਂਦੇ ਨੇ ਫਿਰ ਬੱਚਾ ਜਵਾਨ ਹੁੰਦਾ ਹੈ ਇੱਕ ਮਾਂ ਦੇ ਨਾਲ ਨਾ ਵੱਖਰਾ ਹੀ ਪਿਆਰ ਦੇ ਵਿੱਚ ਵੱਜ ਜਾਂਦਾ ਹੈ ਬਿਲਕੁਲ ਬਿਲਕੁਲ ਮਾਂ ਦੇ ਰਿਸ਼ਤੇ ਨੂੰ ਬੜਾ ਪਵਿੱਤਰ ਰਿਸ਼ਤਾ ਮੰਨਿਆ ਗਿਆ ਹੈ ਤੁਸੀਂ ਇਸ ਰਿਸ਼ਤੇ ਨੂੰ ਕਿਸ ਤਰ੍ਹਾਂ ਲੈਂਦੇ ਦੇਖੋ ਸੰਸਾਰ ਦੇ ਵਿੱਚ ਜਿਹੜਾ ਸਭ ਤੋਂ ਵੱਧ ਪਵਿੱਤਰ ਰਿਸ਼ਤਾ ਤੁਸੀਂ ਕਿਹਾ ਜੇ ਮੰਨਿਆ ਜਾਂਦਾ ਉਹ ਤਾਂ ਸਿਰਫ ਮਾਂ ਤੇ ਬੱਚਿਆਂ ਦਾ ਰਿਸ਼ਤਾ ਹੈਗਾ ਔਰ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਬਿਲਕੁਲ ਔਰ ਇਹ ਵੀ ਮੈਂ ਕਿਤੇ ਪੜਿਆ ਸੀ ਆਮ ਹੀ ਕਿਹਾ ਜਾਂਦਾ ਹੈ ਵੀ ਜਦੋਂ ਕਿਤੇ ਸਵਰਗ ਚੋਂ ਮਾਤ ਲੋਕ ਵੱਲ ਭੇਜਿਆ ਗਿਆ ਜੀ ਜੀ ਤਾਂ ਉਹ ਲੋਕ ਉਦਾਸ ਹੋ ਗਏ ਤੇ ਰੱਬ ਨੇ ਕਿਹਾ ਮੈਂ ਤੁਹਾਨੂੰ ਥੱਲੇ ਮਿਲਾਂਗਾ ਮਾਂ ਦੇ ਰੂਪ ਚ ਮਿਲਾਂਗਾ ਤੁਹਾਨੂੰ ਵਾ ਤੇ ਸਾਡਾ ਪ੍ਰੋਫੈਸਰ ਮੋਹਨ ਸਿੰਘ ਦਾ ਵੀ ਇਹ ਹੈਗਾ ਵੀ ਮਾਂ ਤਾਂ ਅਜਿਹਾ ਘਣਛਾਵਾ ਬੂਟਾ ਹੈ ਵੀ ਜਿਹਦੇ ਜਿਹਦੀ ਛਾਂ ਲੈ ਕੇ ਰੱਬ ਨੇ ਸਵਰਗ ਬਣਾਏ ਹੋਏ ਨੇ ਹੂੰ ਉਹ ਅਝਾ ਬੂਟਾ ਮਾਂ ਦਾ ਬੂਟਾ ਵੀ ਜੇ ਇਹਦੇ ਫੁੱਲ ਪੱਤੇ ਝੜ ਜਾਣ ਤੇ ਕੁਮਲਾ ਜਾਂਦੇ ਨੇ ਬਾਕੀ ਜਿਹੜੇ ਬੂਟੇ ਨੇ ਉਹ ਤਾਂ ਜੜ ਸੁੱਕਿਆਂ ਤਾਂ ਕੁਮਲਾਉਂਦੇ ਨੇ ਬਿਲਕੁਲ ਤੇ ਇਹ ਦੇਖੋ ਇੱਕ ਬੜੀ ਛੋਟੀ ਜੀ ਤੁਹਾਨੂੰ ਇੱਕ ਮਿਸਾਲ ਦਿੰਨਾ ਹੈ ਵੀ ਮਾਂ ਆਪਣੇ ਬੱਚੇ ਨਾਲ ਸੁੱਤੀ ਪਈ ਹੈ ਜੀ ਬਾਜ਼ਾਰ ਦੇ ਵਿੱਚ ਦੀ ਕਾਨਵਈ ਲੰਘ ਰਹੀ ਹੈ ਫੌਜ ਦੀ ਡਗੜ ਡਗੜ ਕਰਕੇ ਜਾ ਰਹੀ ਹੈ ਬੈਂਡ ਵੱਜ ਰਿਹਾ ਹੈ ਢੋਲ ਵੱਜ ਰਹੇ ਨੇ ਮਾਂ ਮਾਂ ਪੂਰੀ ਹੂਕ ਸੁੱਤੀ ਹੋਈ ਹੈ ਬੱਚਾ ਉਹਦੀ ਛਾਤੀ ਨਾਲ ਲੱਗੇ ਸੌ ਰਿਹਾ ਹੈ ਲੰਗੀ ਫੌਜ ਮਾਂ ਨੂੰ ਕੋਈ ਪਤਾ ਨਹੀਂ ਵੀ ਫੌਜ ਲੰਗੀ ਇੱਥੋਂ ਦੀ ਜੈਨਾ ਖੜਕਾ ਹੋਇਆ ਇੱਨਾ ਹੋਇਆ ਜੀ ਪਰ ਉਸ ਤੋਂ ਬਾਅਦ ਬੱਚਾ ਜ਼ਰਾ ਜਿਹੀ ਲੱਤ ਹਲਾਉਂਦਾ ਹੈ ਜ਼ਰਾ ਜਿਹੀ ਉਹਦੇ ਮੂੰਹ ਚੋਂ ਚੂ ਨਿਕਲਦੀ ਹੈ ਮਾਂ ਤਰਵ ਘੁੜਦੀ ਹੈ ਕੀ ਆਫਤਰ ਹੂੰ ਦੇਖਿਆ ਬਿਸਤਰਾ ਕਿੱਲਾ ਹੈ अच्छा अच्छा ਸੁੱਕੇ ਤਾਂ ਪਾਲਿਆ ਆਪ ਉਧਰ ਹੋ ਗਈ ਤੇ ਮਾਂ ਦੀ ਜਿਹੜੀ ਬੱਚੇ ਨਾਲ ਜਿਹੜੀ ਨੇੜਤਾ ਹੈ ਨਾ ਜਿਹੜੇ ਜਿਹੜਾ ਉਸ ਦਾ ਜਿਹੜਾ ਸੂਖਮਤਾ ਜਿਹੜੀ ਹੈ ਉਹ ਉਹਦੇ ਨਾਲ ਜੁੜੀ ਹੁੰਦੀ ਹੈ ਹੁਣ ਮਾਂ ਬੱਚੇ ਸਕੂਲ ਗਏ ਹੋਏ ਨੇ ਮਾਂ ਦੀ ਸਕੂਲ ਗਏ ਨੇ ਉਹ ਜਦੋਂ ਬੱਚੇ ਸਕੂਲੋਂ ਆਉਂਦੇ ਆ ਤੇ ਮਾਂ ਪਈ ਹੁੰਦੀ ਹੈ ਤੇ ਉਹ ਇੱਕ ਦੋ ਵਾਰੀ ਹੋਇਆ ਉਹ ਮਾਂ ਕਹਿੰਦੀ ਵੀ ਜਦੋਂ ਤੂੰ ਸਕੂਲੋਂ ਆਉਣੇ ਮੈਨੂੰ ਜਗਾ ਦਿਆ ਕਰੋ ਬੱਚੇ ਕਹਿੰਦੇ ਮਾਂ ਸੁੱਤੀ ਹੁੰਦੀ ਹੈ ਸੁੱਤੀ ਨੂੰ ਨਹੀਂ ਜਗਾਉਣਾ ਮਾਂ ਕਿੰਨੀ ਨਹੀਂ ਸੁੱਤੀ ਮੈਂ ਥੋੜਾ ਹੁੰਨੀ ਆ ਹੂੰ ਹੂੰ ਮੈਂ ਤਾਂ ਅੱਖਾਂ ਵਿੱਚ ਹੁੰਦੀ ਕਹਿੰਦੇ ਸੌਂਦੀ ਤਾਂ ਮੈਂ ਸੁੱਡੇ ਆਉਣ ਤੋਂ ਬਾਅਦ ਹੈ ਜੀ ਜੀ ਤਾਂ ਇਸ ਤਰ੍ਹਾਂ ਦੀ ਜਿਹੜੀ ਭਾਵਨਾ ਬੱਚਿਆਂ ਦੀ ਹੈ ਜਿਹੜੀ ਮਾਂ ਪ੍ਰਤੀ ਔਰ ਕਿਸੇ ਵੀ ਰਿਸ਼ਤੇ ਵਿੱਚ ਜਿਹੜੀ ਹੈ ਉਹ ਨਹੀਂ ਹੁੰਦੀ ਜਿਹੜੀ ਇਸ ਤਰ੍ਹਾਂ ਦੀ ਹੈਗੀ ਹੈ ਤਾਂ ਇਹ ਜਿਹੜੀ ਨਾ ਬਹੁਤ ਸੂਖਮ ਰਿਸ਼ਤੇ ਨੇ ਮਾਂ ਦੇ ਬੱਚਿਆਂ ਪ੍ਰਤੀ ਤੇ ਅੱਗੇ ਆਪਾਂ ਹੋਰ ਗੱਲ ਕਰਾਂਗੇ ਜਦੋਂ ਮਾਂ ਆਪਣੀ ਧੀ ਪ੍ਰਤੀ ਹੋਰ ਸੋਚਦੀ ਹੈ ਤੇ ਜਦੋਂ ਵਿਅਕਤੀ ਨੂੰ ਬਣ ਕੇ ਆਉਂਦੀ ਹੋਰ ਸੋਚਦੀ ਆਪਾਂ ਬਿਲਕੁਲ ਬਿਲਕੁਲ ਜੀ ਗੱਲ ਕਰਾਂਗੇ ਹੁੰਦੀਆਂ ਲਿੰਦੀਆਂ ਨੇ ਤੇ ਜਿਹੜੀ ਮਾਂ ਦਾ ਰਿਸ਼ਤਾ ਜਿਹੜਾ ਹੈ ਬਹੁਤ ਹੀ ਪਵਿੱਤਰ ਤੇ ਸੁਕਮ ਰਿਸ਼ਤਾ ਸਾਡੇ ਸਮਾਜ ਦੇ ਵਿੱਚ ਜੀ ਬਿਲਕੁਲ ਦੋਸਤੋ ਸ਼ਾਇਰ ਕਿਸੇ ਸ਼ਾਇਰ ਨੇ ਕਿਹਾ ਹੈ ਕਿ ਮਾਂ ਦੀ ਗੋਦ ਤੋਂ ਨਿੱਗੀ ਕੋਈ ਵੀ ਥਾਂ ਨਹੀਂ ਹੁੰਦੀ ਪੁੱਤਰ ਜਾਨ ਵੀ ਮੰਗ ਲੈ ਮਾਂ ਤੋਂ ਨਾ ਨਹੀਂ ਹੁੰਦੀ ਕਰ ਲਓ ਮਾਂ ਦੀ ਸੇਵਾ ਇਹ ਮੌਕਾ ਫੇਰ ਨਹੀਂ ਮਿਲਣਾ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੀ ماں ਨਹੀਂ ਤੇ ਸਾਡੇ ਅਸੀਂ ਰਿਸ਼ਤਿਆਂ ਦੇ ਵਿੱਚ ਵਜੇ ਹੋਏ ਹਾਂ ਸਾਨੂੰ ਮਾਪੇ ਸਾਨੂੰ ਦੱਸਦੇ ਨੇ ਚੇ ਇਹ ਇੱਕ ਬੰਨੇ ماں ਦੀ ਗੋਦ ਵਿੱਚ ਬੱਚਾ ਖੇਡਦਾ ਹੈ ਨਾ ماں ਜੇ ਬੱਚੇ ਨੂੰ ਪਾਲਦੀ ਹੈ ਤਾਂ ਪਿਓ ਵੀ ਬਹੁਤ ਵੱਡਾ ਰੋਲ ਅਦਾ ਕਰ ਰਿਹਾ ਹੈ ਪਿਓ ਨੇ ਘਰ ਬੱਚੇ ਨੂੰ ਖਾਣ ਲਈ ਰੋਟੀ ਵੀ ਕਮਾ ਕੇ ਲਿਆ ਕੇ ਦੇਣੀ ਹੈ ਅੱਜ ਚਲੋ ਦੌਰ ਬਦਲ ਗਿਆ ਹੈ ਕਿ ਅੱਜ ਮਾਪੇ ਇਕੱਠੇ ਕੰਮ ਕਰ ਰਹੇ ਨੇ ਪਰ ਫਿਰ ਵੀ ਬਾਪ ਦੇ ਉੱਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਤੁਸੀਂ ਬਾਪ ਦੇ ਰੋਲ ਨੂੰ ਇਸ ਬਾਪ ਦੇ ਰਿਸ਼ਤੇ ਨੂੰ ਕਿੱਦਾਂ ਲੈ ਕੇ ਚੱਲਦੇ ਹੋ ਦੇਖੇ ਤੁਹਾਡੇ ਕਹਣ ਮੰਗੀ ਵੀ ਬਾਪ ਦੀ ਵੱਡੀ ਜ਼ਿੰਮੇਵਾਰੀ ਹੈ ਆਪਣੇ ਬੱਚਿਆਂ ਦੇ ਭਵਿੱਖ ਨੂੰ ਸਵਾਰਨਾ ਜੀ ਬਿਲਕੁਲ ਮਾਂ ਨੇ ਜੇ ਬੱਚਿਆਂ ਨੂੰ ਘਰ ਵਿੱਚ ਸਾਂਭਣਾ ਹੈ ਉਹਨੂੰ ਪਾਲਣਾ ਪੋਸਣਾ ਹੈ ਔਰ ਉਹਨੂੰ ਸਕੂਲ ਜਾਣ ਲਈ ਜਾਂ ਵੱਡੇ ਕਰਨ ਤੱਕ ਉਹਦਾ ਬਹੁਤ ਵੱਡਾ ਯੋਗਦਾਨ ਹੈ ਪਿਤਾ ਦਾ ਯੋਗਦਾਨ ਇਹ ਹੈ ਵੀ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਦੇਣੀ ਹੈ ਕਿਸ ਤਰ੍ਹਾਂ ਦਾ ਇਹਨਾਂ ਨੂੰ ਕੰਮ ਤੇ ਲਾਉਣਾ ਹੈ ਕਿਸ ਤਰ੍ਹਾਂ ਇਹਨਾਂ ਨੂੰ ਰੁਜ਼ਗਾਰ ਵਿੱਚ ਇਹਨਾਂ ਨੂੰ ਸੈੱਟ ਕਰਨਾ ਹੈ ਆਪਣੇ ਆ ਜਿਹੜੇ ਜਿਹੜਾ ਪਰਿਵਾਰ ਦਾ ਕਿਤਾ ਉਹਦੇ ਵਿੱਚ ਲਾਉਣਾ ਹੈ ਜਾਂ ਇਸ ਨੂੰ ਕਿਸੇ ਉੱਚੀ ਵਿਦਿਆ ਦੇ ਕੇ ਉੱਥੇ ਭੇਜਣਾ ਹੈ ਇਹ ਪਿਓ ਦੇ ਸਿਰ ਤੇ ਹੋਇਆ ਹੈ ਪਰ ਮਸਲਾ ਇਹ ਹੈਗਾ ਜਿਹੜਾ ਸਾਡੇ ਜਿਹੜੇ ਸਮਾਜ ਦੇ ਵਿੱਚ ਪਿਓ ਪੁੱਤਾਂ ਦਾ ਜਿਹੜਾ ਅੱਜ ਦੇ ਸਮੇਂ 'ਚ ਜਿਹੜਾ ਬਣਿਆ ਹੈ ਨਾ ਵਰਤਾਰਾ ਉਹ ਵਰਤਾਰਾ ਥੋੜਾ ਜਿਹਾ ਜਿਹੜਾ ਹੈਗਾ ਜਿਹੜਾ ਇੱਕ ਸਮਾਂ ਉਹ ਸੀ ਜਦੋਂ ਪਿਓ ਦੀ ਗੱਲ ਜਿਹੜੀ ਹੈ ਉਹ ਇੱਕ ਬੱਚਿਆਂ ਲਈ ਇੱਕ ਹੁਕਮ ਵਾਂਗ ਮੰਨੀ ਜਾਂਦੀ ਸੀ ਇੱਕ ਆਦਰ ਵਾਂਗ ਪਿਓ ਨੇ ਕਹਤਾ ਵੀ ਤੁਸੀਂ ਆਹ ਕੰਮ ਨਹੀਂ ਕਰਨਾ ਉਹਨਾਂ ਨੇ ਨਹੀਂ ਕਰਨਾ ਜੇ ਤੁਸੀਂ ਆਹ ਕੰਮ ਜ਼ਰੂਰ ਕਰਨਾ ਹੈ ਉਹਨਾਂ ਨੇ ਕਰਨਾ ਹੈ ਪਰ ਅੱਜ ਜਿਹੜਾ ਸਮਾਂ ਆ ਗਿਆ ਅੱਜ ਜਿਸ ਤਰ੍ਹਾਂ ਜਿਹੜੇ ਬਹੁਤੇ ਬੱਚੇ ਤਾਂ ਬਿਰਦ ਆਸ਼ਰਮ ਸਾਡੇ ਜਿਹੜੇ ਬੱਚੇ ਆਪਣੇ ਜ਼ੁਰਗਾਂ ਨੂੰ ਲੈ ਕੇ ਉਹ ਤਰਾਸ ਦੀ ਸਾਡੀ ਬਣੀ ਹੋਈ ਹੈ ਸਮਾਜ ਦੀ ਹੁਣ ਫਰਜ਼ ਇੱਕ ਜਿਹੜਾ ਪੁੱਤਰ ਆ ਜਿਹੜਾ ਆਪਣੇ ਪਿਤਾ ਨੂੰ ਜਦੋਂ ਉੱਥੇ ਨਹੀਂ ਸਾਂਭਿਆ ਗਿਆ ਛੱਡ ਕੇ ਆਉਂਦਾ ਉਹਨੂੰ ਛੱਡ ਕੇ ਆਉਂਦਾ ਤੇ ਮਹੀਨੇ ਕੇ ਬਾਅਦ ਹੋ ਜਾਂਦਾ ਮੈਂ ਪਤਾ ਕਰਾਂ ਵੀ ਮੇਰੇ ਪਿਓ ਦਾ ਹਾਲ ਕੀ ਹੈ ਉੱਥੇ ਤੇ ਉਹ ਦੇਖਦਾ ਵੀ ਉਹ ਬੜਾ ਜਿਹੜਾ ਪ੍ਰਬੰਧਕ ਹੈ ਉੱਥੋਂ ਦਾ ਬਿਰਦਾ ਆਸ਼ਰਮ ਦਾ ਵੀ ਉਹ ਪਿਓ ਨਾਲ ਬੜਨੀਆ ਖੁੱਲ ਕੇ ਗੱਲਾਂ ਤੇ ਇੰਨੀਆਂ ਖੁਸ਼ੀ ਭਰੀਆਂ ਗੱਲਾਂ ਕਰ ਰਿਹਾ ਤੇ ਪਿਓ ਉਹ ਖੁਸ਼ ਹੀ ਬੜਾ ਹੈ ਉਹ ਮੁੰਡਾ ਪੁੱਛਦਾ ਵੀ ਤੁਸੀਂ ਮੇਰੇ ਪਿਤਾ ਨੂੰ ਕਦੋਂ ਕਦੇ ਜਾਣਦੇ ਆ ਅੱਛਾ ਉਹ ਕਹਿੰਦਾ ਵੀ ਮੈਂ ਤੇਰੇ ਪਿਤਾ ਨੂੰ ਦੀ 32 ਸਾਲ ਦਾ ਜਾਣਦਾ ਉਹ ਕਹਿੰਦਾ 30 32 ਸਾਲ ਤੇ ਕਹਿੰਦੇ ਹਾਂ ਕਹਿੰਦਾ ਇਹ ਤੇਰਾ ਪਿਓ 32 ਸਾਲ ਪਹਿਲਾਂ ਤੈਨੂੰ ਇੱਥੋਂ ਐਸ ਬਿਰਧ ਆਸ਼ਰਮ ਗੋਦ ਲੈ ਕੇ ਗਿਆ ਸੀ ਤੇ ਇਹ ਦੇਖੋ ਵੀ ਕਿੱਥੇ ਗੱਲ ਜਾਂਦੀ ਹੈ ਵੀ ਉਹ ਜਿਹਨੂੰ ਗੋਦ ਲੈ ਕੇ ਗਿਆ ਸੀ ਅੱਜ ਬਿਰਧ ਉਸੇ ਹੀ ਉਸੇ ਬਿਰਧ ਆਸ਼ਰਮ ਵਿੱਚ ਜਾ ਰਿਹਾ ਹੈਗਾ ਇਸ ਸਮੇਂ ਨਾਲ ਜਿਹੜਾ ਸਾਡਾ ਜਿਹੜਾ ਘਟਦੀਆਂ ਕਦਰਾਂ ਦਾ ਜਿਹੜਾ ਸਮਾਂ ਹੁਣ ਛੁੱਟੀ ਦਾ ਦਣਾ ਹੂੰ ਬੀਬਾ ਆਪਣੇ ਬੱਚਿਆਂ ਨਾਲ ਖੇਡ ਰਿਹਾ ਹੈ ਗਰਮੀ ਦਾ ਮੌਸਮ ਹੈ ਥੱਕ ਗਿਆ ਉਮਰ ਬੱਚਿਆਂ ਦੇ ਹਿਸਾਬ ਨਾਲ ਉਮਰ ਜ਼ਿਆਦਾ ਹੈ ਮੁੰਡਿਆਂ ਦੇ ਹਿਸਾਬ ਨਾਲ ਤੇ ਵੱਡੇ ਮੁੰਡੇ ਨੂੰ ਕਹਿੰਦਾ ਵੀ ਜਾਓ ਮੈਨੂੰ ਪਾਣੀ ਪਿਆ ਬਹੁਤ ਪਿਆਸ ਲੱਗੀ ਐ ਥੱਕ ਗਿਆ ਮੈਂ ਜੀ ਵੱਡਾ ਮੁੰਡਾ ਕਹਿੰਦਾ ਹੁਣ ਤਾਂ ਤੂੰ ਪੀਤਾ ਅੱਧਾ ਘੰਟਾ ਤਾਂ ਹੋਇਆ ਪਾਣੀ ਪੀਤੇ ਰੋ ਹਾਂ ਹੁਣ ਐਡੀ ਤੇਜ਼ੀ ਕੀ ਹੋ ਗਿਆ ਹੈ ਛੋਟਾ ਮੁੰਡਾ ਕਹਿੰਦਾ ਕਹਿੰਦਾ ਡੈਡੀ ਇਹ ਮੈਨੂੰ ਪਤਾ ਇਹ ਨਲਾਇਕ ਹੈ ਇਨੇ ਕੁਝ ਨਹੀਂ ਕਰਨਾ ਹੈਗਾ ਤੁਸੀਂ ਐਂ ਕਰੋ ਵੀ ਪਾਣੀ ਆਪ ਹੀ ਪੀ ਜਾਓ ਤੇ ਇੱਕ ਗਲਾਸ ਮੇਰੇ ਲਈ ਵੀ ਭਰ ਲਿਆ ਇਹ ਹਾਲਤ ਤਾਂ ਅੱਜ ਦੇ ਬੱਚਿਆਂ ਦੀ ਪਿਤਾ ਪ੍ਰਤੀ ਉਹਨਾਂ ਦੇ ਘਰਾਂ ਦੀ ਹੈਗੀ ਹੈ ਬਿਲਕੁਲ ਜੀ ਉਹ ਤੁਸੀਂ ਸੁਣੀ ਆ ਨਾ ਉਹ ਘੰਟੀ ਵਾਲੀ ਕਥਾ ਵੀ ਆਉਣ ਵਾਲੀਆਂ ਪੀੜ੍ਹੀਆਂ ਕਰਨਗੀਆਂ ਕਿ ਜਾਂ ਘਰਾਂ ਵਿੱਚੋਂ ਅਸੀਂ ਸਿੱਖਦੇ ਕੀ ਹੈ ਜੀ ਹੁਣ ਬਜ਼ੁਰਗ ਬਜ਼ੁਰਗ ਹੈ ਉਹਨੂੰ ਉਹਦੀਆਂ ਲੋੜਾਂ ਨੇ ਛੋਟੀਆਂ-ਛੋਟੀਆਂ ਲੋੜਾਂ ਹੁੰਦੀਆਂ ਵੀ ਮਨਵਾ ਲਿਆ ਦਿਓ ਮਨਵਾ ਲਿਆ ਦਿਓ ਘਰ ਦੇ ਦੁਖੀ ਆ ਉਸ ਤੋਂ ਉਹਨੂੰ ਘਰ ਦੇ ਇੱਕ ਪਾਸੇ ਕੋਰਨਾ ਜਾਏ ਉੱਥੇ ਉਹਦਾ ਮੰਜਾ ਡਾਹੰਦੇ ਆ ਜੀ ਮੁੰਡਾ ਉਹਦਾ ਪੁੱਤ ਜਿਹੜਾ ਉਹਨੂੰ ਇੱਕ ਘੰਟੀ ਲੈ ਆ ਕੇ ਦੇ ਜਾਂਦਾ ਕਹਿੰਦਾ ਵੀ ਸਾਨੂੰ ਤੰਗ ਕਰਨ ਦੀ ਲੋੜ ਨਹੀਂ ਜਦੋਂ ਤੈਨੂੰ ਲੋੜ ਹੋਈ ਜਾਂ ਘੰਟੀ ਵਜਾ ਦੇਣੀ ਤੇ ਸਾਡਾ ਨੌਕਰ ਆ ਕੇ ਉਹਨੂੰ ਦੱਸ ਦੇ ਕੀ ਲੈਣਾ ਤੈਨੂੰ ਦੇ ਜੂਗਾ ਜਦੋਂ ਬਿਰਧ ਦੀ ਮੌਤ ਹੁੰਦੀ ਹੈ ਤਾਂ ਉਹ ਘੰਟੀ ਵੀ ਜਦੋਂ ਮੁੰਡਾ ਉਹਦੇ ਵਿੱਚ ਨਾਲ ਹੀ ਲੈ ਕੇ ਚੱਲਿਆ ਉਹਦੇ ਬਿਬਾਂ ਦੇ ਨਾਲ ਵਿੱਚ ਰੱਖ ਕੇ ਤੇ ਉਹਦਾ ਪੋਤਾ ਕਹਿੰਦਾ ਨਾ ਵੀ ਪਿਤਾ ਜੀ ਕਹਿੰਦਾ ਇਹ ਘੰਟੀ ਮੈਨੂੰ ਦੇ ਦਿਓ ਹੂੰ ਕਹਿੰਦਾ ਤੂੰ ਕੀ ਕਰਨੀ ਹੈ ਕਹਿੰਦਾ ਜਦੋਂ ਤੁਸੀਂ ਵਿਰਧ ਹੋਏ ਫਿਰ ਮੈਂ ਘੰਟੀ ਤੁਹਾਨੂੰ ਦੇਉਂਗਾ ਹਾਂ ਬਿਲਕੁਲ ਇਹ ਤੁਹਾਡੇ ਲੋੜ ਆਊਗੀ ਤੁਹਾਡੇ ਇਹ ਅਸੀਂ ਅਸੀਂ ਕਹਿੰਦੇ ਹੁੰਦੇ ਹਾਂ ਵੀ ਜੋ ਅਸੀਂ ਬੀਜਦੇ ਆ ਨਾ ਉਹ ਅਸੀਂ ਕੱਟਦੇ ਆ ਜਿਹੜਾ ਅਸੀਂ ਵਿਵਹਾਰ ਅਸੀਂ ਉਹਦੇ ਨਾਲ ਕਰਦੇ ਆ ਔਰ ਉਹ ਅਸੀਂ ਉਹਦੇ ਨਾਲ ਹੁਣ ਮੈਂ ਇੱਕ ਖੂਬਸੂਰਤ ਗੱਲ ਕਰਦਾ ਆ ਅੱਗੇ ਗੱਲ ਕਰਾਂਗੇ ਬਹੁਤ ਮੇਰੇ ਆਏ ਜਿਆਦਾ ਆਈ ਹੈ ਵੀ ਇੱਕ ਸਾਰਾ ਕੁਝ ਖਤਮ ਨਹੀਂ ਹੋਇਆ ਹੈਗਾ ਸਾਰੇ ਪਰਿਵਾਰਾਂ ਦਾ ਇਹ ਹਾਲ ਨਹੀਂ ਹੈਗਾ ਹੁਣ ਇੱਕ ਪਿਤਾ ਆਪਣੇ ਵਿਰਧ ਪਿਤਾ ਨੂੰ ਕਹਿੰਦਾ ਵੀ ਮੈਂ ਪਿਤਾ ਜੀ ਤੁਹਾਡਾ ਜਨਮ ਦਿਨ ਨਾ ਇੱਕ ਹੋਟਲ ਵਿੱਚ ਮਨਾ ਕੇ ਆਉਣਾ। ਉਹ ਕਹਿੰਦਾ ਆਪਾਂ ਕੀ ਕਰਾਂਗੇ ਹੋਟਲ ਜਾ ਕੇ ਅਸੋਂ ਬੱਚੇ ਮੈਂ ਕਿੰਨਾ ਖਾਣਾ ਹੁੰਦਾ ਕਹਿੰਦਾ ਨਹੀਂ ਨਹੀਂ ਆਹ ਵਾਲਾ ਜਨਮ ਦਿਨ ਦਾ ਤੁਹਾਡਾ ਮੈਂ ਉੱਥੇ ਅੱਜ ਮਨਾ ਕੇ ਆਉਣਾ। ਉਹ ਹੋਟਲ ਚਲੇ ਜਾਂਦੇ ਆ। ਹੋਟਲ 'ਚ ਜਾਂਦੇ ਆ। ਜੋ ਚਾਹੁੰਦਾ ਵੀ ਮੈਂ ਆ ਖਾ ਸਕਦਾ ਆ ਖਾ ਸਕਦਾ ਉਹਨੂੰ ਉਹਨੂੰ ਉਹਦੇ ਦੀ ਲਿਆ ਜਾਂਦਾ। ਹੋਟਲ ਦੇ ਵਿੱਚ ਬੈਠੇ ਗਾਹਕ ਸਾਰੇ ਦੇਖ ਰਹੇ ਆ। ਹੂੰ। ਉਸ ਉਹ ਜੇ ਉਹਦੇ ਕੱਪੜੇ ਤੇ ਕੁਝ ਡੁੱਲਿਆ ਹੈ ਉਹ ਸਾਫ਼ ਕਰ ਲੈ ਨੈਪਕਨ ਨਾਲ ਜਾਂ ਆਪਣੇ ਰਮਾਲ ਨਾਲ ਔਰ ਹੱਥ ਧੋਣ ਦਾ ਵਾਸ਼ ਵੀ ਸਤੇ ਜਾ ਕੇ ਤੇ ਉਹ ਜੋ ਬਾਹਰ ਨਿਕਲ ਜਾਂਦੇ ਆ ਨਾ ਜਦੋਂ ਜੀ ਤੇ ਇੱਕ ਗਾਹਾਂ ਵਿੱਚੋਂ ਉੱਠ ਕੇ ਇੱਕ ਸੱਜਣਾ ਉਹਦੇ ਪਿੱਛੇ ਚਲਾ ਜਾਂਦਾ ਹੈ ਉਹ ਮੁੰਡੇ ਨੂੰ ਕਹਿੰਦਾ ਬੇਟਾ ਹੋਟਲ 'ਚ ਕੁਝ ਛੱਡ ਚੱਲੇ ਆ ਤੁਸੀਂ ਹੂੰ ਉਹਨੇ ਆਪਣਾ ਮੋਬਾਈਲ ਦੇਖਿਆ ਪਰਸਪਸ ਦੇਖਿਆ ਮੁੰਡੇ ਨੇ ਕਹਿੰਦਾ ਨਹੀਂ ਅਕਲ ਮੇਰੇ ਕੋਲ ਹੈਗਾ ਸਾਰਾ ਕੁਝ ਕਹਿੰਦਾ ਨਹੀਂ ਪੁੱਤਰ ਤੁਸੀਂ ਕੁਝ ਛੱਡ ਚੱਲੇ ਹੋ ਇੱਥੇ ਹੂੰ ਉਹ ਫੇਰ ਹੈਰਾਨ ਹੋਇਆ ਕਹਿੰਦਾ ਕੀ ਛੱਡ ਚੱਲੇ ਹੋ ਕੰ다 ਤੁਸੀਂ ਪੁੱਤਰਾਂ ਲਈ ਇੱਕ ਸਨੇਹਾ ਛੱਡ ਚੱਲਿਓ ਹੂੰ ਤੇ ਸਾਡੇ ਵਰਗੇ ਬਜ਼ੁਰਗਾਂ ਲਈ ਇੱਕ ਉਮੀਦ ਛੱਡ ਜਲਿਓ ਹੂੰ ਵੀ ਜਿਹਨਾਂ ਬਜ਼ੁਰਗਾਂ ਨੇ ਜਿਹਨਾਂ ਮਾਂ-ਬਾਪ ਨੇ ਸਾਨੂੰ ਸਾਡੀ ਦੇਖਭਾਲ ਕੀਤੀ ਸਾਰੀ ਉਮਰ ਸਾਡਾ ਵੀ ਫਰਜ਼ ਬਣਦਾ ਸੀ ਉਹਨਾਂ ਦੀ ਇਸ ਉਮਰ ਚ ਆ ਕੇ ਦੇਖਭਾਲ ਕਰੀ ਇਹ ਰਿਸ਼ਤਿਆਂ ਵਿੱਚੋਂ ਸਾਰੇ ਰਿਸ਼ਤਿਆਂ ਦੇ ਵਿੱਚੋਂ ਇਹ ਜਿਹੜੇ ਰਿਸ਼ਤੇ ਆ ਇਸ ਤਰ੍ਹਾਂ ਦੇ ਵੀ ਹੈਗੇ ਨੇ ਵੀ ਸਭ ਕੁਝ ਨਹੀਂ ਖਤਮ ਹੋਇਆ ਤੇ ਇਸ ਤਰ੍ਹਾਂ ਬੜੀਆਂ ਗੱਲਾਂ ਜਿਹੜੀਆਂ ਇਸ ਤਰ੍ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਹ ਰਿਸ਼ਤੇ ਸਾਨੂੰ ਹਰ ਪਲ ਕੁਝ ਨਾ ਕੁਝ ਸਮਝਾਉਂਦੇ ਨੇ ਸਾਨੂੰ ਦੱਸਦੇ ਨੇ ਕਿ ਸਾਡੀ ਮਾਨਸਿਕਤਾ ਦਾ ਜੋ ਪੱਧਰ ਹੈ ਉਹ ਕਿੰਨਾ ਕੁ ਨੀਵਾ ਹੈ ਤੇ ਕਿੰਨਾ ਕੁ ਉੱਚਾ ਹੈ ਤੇ ਇਸ ਪੱਧਰ ਨੂੰ ਨੀਵਾ ਉੱਚਾ ਕਰਨਾ ਸਾਡੇ ਤੇ ਨਿਰਭਰ ਹੈ ਅਸੀਂ ਕਿਸ ਬੰਨੇ ਸਮਾਜ ਨੂੰ ਲੈ ਕੇ ਜਾਣਾ ਹੈ ਸਾਡੇ ਤੇ ਨਿਰਭਰ ਹੈ ਘਰ ਵਿੱਚ ਭੈਣ ਭਰਾ ਹੋਣਾ ਚਾਹੇ ਉਹ ਨਿੱਕੇ ਹੋਣ ਤੇ ਚਾਹੇ ਵੱਡੇ ਹੋਣ ਆਪਸ ਵਿੱਚ ਜਦੋਂ ਲੜਦੇ ਨੇ ਨਾ ਤੇ ਘਰ ਵਿੱਚ ਰੌਣਕ ਜੀ ਲੱਗੀ ਰਹਿੰਦੀ ਹੈ ਚਾਹੇ ਭੈਣ ਨੂੰ ਭਰਾ ਮਾਲਾ ਕਹੀ ਜਾਏ ਜਾਂ ਭਰਾ ਨੂੰ ਭੈਣ ਵਾਲਾ ਕਹੀ ਜਾਏ ਪਰ ਇਹ ਪਿਆਰ ਭਰੀ ਜੋ ਨੋਕ ਝੋਕ ਹੁੰਦੀ ਹੈ ਨਾ ਬਹੁਤ ਘਰ ਵਿੱਚ ਰੌਣਕਾਂ ਲਾਉਂਦੀ ਹੈ ਪਰ ਦੂਜੇ ਪन्ने ਮੈਨੂੰ ਮਸ਼ਹੂਰ ਗਾਇਕ ਪਾਲੀ ਦੇਤਵਾਲੀਆ ਜੀ ਦੇ ਇੱਕ ਗਾਣਾ ਆਇਆ ਸੀ ਕਿ ਰਖੜੀ ਤੇ ਰਖੜੀ ਦਾ ਜਦੋਂ ਦੇਣੇ ਆਵੇ ਉਹ ਭੈਣ ਰੋਵੇ ਜਿਸ ਦਾ ਭਰਾ ਘਰ ਨਾ ਆਵੇ ਤੇ ਬੜਾ ਦੁਖੀ ਮਹਿਸੂਸ ਹੁੰਦਾ ਹੈ ਉਸ ਭੈਣ ਨੂੰ ਜਿਸ ਦਾ ਭਰਾ ਨਹੀਂ ਹੁੰਦਾ ਕੋਈ ਇਹ ਭੈਣ ਭਾਈ ਦਾ ਰਿਸ਼ਤਾ ਵੀ ਬਹੁਤ ਪਿਆਰਾ ਬਹੁਤ ਬਹੁਤ ਸਾਰਾ ਬੜਾ ਕੁਝ ਦੱਸਦਾ ਹੈ ਸਾਨੂੰ ਜੇ ਭੈਣ ਭਾਈ ਨੂੰ ਆਪਾਂ ਬੇਬੇ ਨਾਨਕੀ ਨਾਲ ਤੇ ਬਾਬੇ ਨਾਨਕ ਨਾਲ ਜੋੜ ਲਈਏ ਤੇ ਪਵਿੱਤਰਤਾ ਕਿੰਨੀ ਆ ਜਾਂਦੀ ਹੈ ਤੁਸੀਂ ਇਸ ਰਿਸ਼ਤੇ ਨੂੰ ਕਿਵੇਂ ਲੈਂਦੇ ਹੋ ਉਹ ਸਾਡਾ ਲੋਕ ਵੀ ਕੀ ਤੀ ਆ ਨਾ ਵੀ ਇੱਕ ਭੈਣ ਦੇ ਵੀਰ ਇੱਕ ਵੀਰ ਦੇ ਵੀ ਰੱਬਾ ਸੌਂ ਖਾਣ ਨੂੰ ਬੜਾ ਜੀ ਕਰਦਾ ਤਾਂ ਉਹ ਇਸ ਤਰ੍ਹਾਂ ਦੇ ਇਹ ਰਿਸ਼ਤਾ ਦੇਖੋ ਜਦੋਂ ਆਪਣੇ ਘਰ ਹੁੰਦਾ ਹੈ ਭੈਣ ਭਰਾ ਜੀ ਬਿਲਕੁਲ ਜਦੋਂ ਧੀ ਵਿਆਹੀ ਨਹੀਂ ਜਾਂਦੀ ਘਰ ਚ ਹੂੰ ਉਹਨਾਂ ਚ ਇੱਕ ਨੋਕਚੋਕ ਜਿਵੇਂ ਤੁਸੀਂ ਕਿਹਾ ਨਿੱਕੀਆਂ ਮਿੱਟੀਆਂ ਛੋਟੀਆਂ ਮੋਟੀਆਂ ਲੋਕਚੋਕਾ ਹੁੰਦੀਆਂ ਰਹਿੰਦੀਆਂ ਜੀ ਬਿਲਕੁਲ ਪਰ ਜਦੋਂ ਉਹੀ ਭੈਣ ਜਦੋਂ ਵਿਆਹ ਕੇ ਜਾਂਦੀ ਹੈ ਤਾਂ ਉਹ ਇੱਕ ਜਿਹੜਾ ਭਰਾ ਪ੍ਰਤੀ ਉਹਦਾ ਜਿਹੜਾ ਰਿਸ਼ਤਾ ਹੈ ਜਿਹੜਾ 헤ਜ ਹੈ ਜਿਹੜਾ ਪਿਆਰ ਹੈ ਉਹ ਬਹੁਤ ਤੀਬਰਤਾ ਨਾਲ ਵਧਦਾ ਹੈਗਾ ਜੀ ਬਿਲਕੁਲ ਤੇ ਉਹ ਫਿਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਸਾਡੇ ਜਿਹੜੇ ਲੋਕ ਗੀਤ ਨਾ ਉਹ ਸਾਡੇ ਲੋਕ ਗੀਤ ਜਿਹੜੇ ਰਿਸ਼ਤਿਆਂ ਦੇ ਨਾਲ ਜਿਹੜੀ ਪਵਿੱਤਰਤਾ ਨਾ ਜਾਂ ਰਿਸ਼ਤਿਆਂ ਦੀ ਨੇੜਤਾ ਨਾਲ ਭਰੇ ਪਏ ਆ ਉਹ ਸਾਡੇ ਪਰਿਵਾਰ ਜਿਵੇਂ ਸਾਡਾ ਇੱਕ ਲੋਕ ਗੀਤ ਹੈ ਵੀ ਟਟਕੇ ਨਾ ਵਹਿ ਜੀ ਵੀਰ ਨਾ ਭੈਣਾ ਵਰਗਾ ਸਾਖ ਨਾ ਕੋਈ ਕੋਈ ਜਾਂ ਜਾਂ ਉਹਨੇ ਕਹਿਣਾ ਵੀ ਦੁਨੀਆ ਲੱਖ ਵਸਦੀ ਮੇਰੇ ਵੀਰ ਜਿਹਾ ਨਾ ਕੋਈ ਤੁਸੀਂ ਦੇਖੋ ਅੱਜ ਅੱਜ ਤਾਂ ਚਲੋ ਗੱਡੀਆਂ ਕਾਰਾਂ ਹੋਰ ਸਾਰੀਆਂ ਆ ਗਈਆਂ ਤੇ ਸਮਾਂ ਇਹ ਹੁੰਦਾ ਸੀ ਵੀ ਆਪਣੀ ਭੈਣ ਨੂੰ ਮਿਲਣ ਲਈ ਉਹ ਭਰਾ ਤੁਰ ਕੇ ਜਾਂਦਾ ਹੈ ਜਾਂ ਉਦੋਂ ਘੋੜੇ ਜਾਂ ਬੁੱਤੇ ਜਾਂ ਕੋਈ ਹੁੰਦਾ ਸੀ ਜਾਂ ਤੁਰ ਨਹੀਂ ਜਾਂ ਤਾਂ ਤੁਰ ਕੇ ਜਾਣਾ ਹੈ ਜੀ ਬਿਲਕੁਲ ਤੇ ਰਿਸ਼ਤਿਆਂ ਦੇ ਵਿੱਚ ਸਾਡੇ ਉਸ ਗੀਤਾਂ ਦੀ ਜਿਹੜੀ ਅਮੀਰੀ ਹੈ ਨਾ ਜੀ ਬਿਲਕੁਲ ਉਹ ਦੇਖਣ ਵਾਲੀ ਹੈ ਵੀ ਉਹ ਜਦੋਂ ਆਉਂਦੀ ਹੈ ਵੀ ਜਿੰਨੀ ਰਾਹੀ ਵੀਰਾ ਤੂੰ ਤੁਰਿਆ ਹਮ ਉਹਨਾਂ ਰਾਹਾਂ ਦਾ ਰੇਤਾ ਖੰਡ ਬਣਿਆ ਤੁਸੀਂ ਦੇਖੋ ਕਿ ਕਿੱਥੋਂ ਤੱਕ ਭੈਣ ਦੀ ਸੋਚ ਹੈ ਵੀ ਜਿਹੜੇ ਰਾਤ ਉਤਰ ਕੇ ਆਏ ਉਹ ਰਾਹ ਦਾ ਰੇਤਾ ਵੀ ਖੰਡ ਵਰਗਾ ਮਿੱਠਾ ਹੋ ਗਿਆ ਉਹ ਕਿਆ ਤਾਂ ਇਹ ਸਾਡੇ ਲੋਕ ਗੀਤਾਂ ਦੀ ਅਮੀਰੀ ਹੈ ਔਰ ਭੈਣ ਭਰਾ ਦੇ ਰਿਸ਼ਤੇ ਦੀ ਵੀ ਅਮੀਰੀ ਹੈ ਨਾਲ ਨਾਲ ਤੇ ਇਹ ਇਹ ਇਸ ਤਰ੍ਹਾਂ ਬਹੁਤ ਜਿਵੇਂ ਮਾਂ ਬੱਚਿਆਂ ਨਾਲ ਪਵਿੱਤਰਾ ਰਿਸ਼ਤਾ ਹੈ ਭੈਣ ਭਰਾ ਦੇ ਰਿਸ਼ਤਿਆਂ ਨਾਲ ਉਹ ਵੀ ਪਵਿੱਤਰ ਹੈ ਬਿਲਕੁਲ ਜੀ ਉਹ ਵੀ ਉਹ ਵੀ ਸਮਾਂ ਉਹ ਵੀ ਸਮਾਂ ਚੇਤੇ ਆਉਂਦਾ ਹੈ ਬਲਦੇਵ ਸਿੰਘ ਜੀ ਜਦੋਂ ਸੌਣ ਦੇ ਮਹੀਨੇ ਵਿੱਚ ਭੈਣ ਆਉਂਦੀ ਹੁੰਦੀ ਸੀ ਤੇ ਜਦੋਂ ਉਸਨੇ ਵਾਪਸ ਜਾਣਾ ਤੇ ਭਰਾ ਦੇ ਬਲਦਾਂ ਨੂੰ ਵੀ ਉਸਨੇ ਰੱਖ ਲਈ ਬਣ ਜਾਣੀ ਬਿਲਕੁਲ 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 ਰੱਖੀ ਇਸ ਕਰਕੇ ਬਣ ਜਾਣੀ ਪਈ ਇਨ੍ਹਾਂ ਨੇ ਗਾਵਾਂ ਮੱਝਾਂ ਨੇ ਕਮਾਈ ਦੇਣੀ ਹੈ ਮੇਰੇ ਭਰਾ ਨੂੰ ਤੇ ਰੱਬ ਇਹਨਾਂ ਨੂੰ ਵੀ ਸਲਾਮਤ ਰੱਖੇ ਉਹ ਰਿਸ਼ਤੇ ਬਹੁਤ ਜਿਹੜੇ ਸਾਡੇ ਨੇੜਤਾ ਦੇ ਤੇ ਸਹਰਦ ਤੇ ਪਵਿੱਤਰ ਰਿਸ਼ਤੇ ਬਿਲਕੁਲ ਜੀ ਇਨ੍ਹਾਂ ਰਿਸ਼ਤਿਆਂ ਦੇ ਅਸੀਂ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਫਿਲਹਾਲ ਸਮਾਂ ਹੋ ਗਿਆ ਹੈ ਜੀ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਇੱਕ ਗੀਤ ਦਾ ਆਓ ਜੁੜਦੇ ਹਾਂ ਗੀਤ ਦੇ ਨਾਲ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਪਰਵਾਰਕ ਰਿਸ਼ਤਿਆਂ ਦੀ ਪਰਵਾਰਕ ਰਿਸ਼ਤਿਆਂ ਦੀ ਮਹੱਤਤਾ ਦੀ ਗਾਣਾ ਬਹੁਤ ਸੋਹਣਾ ਚੱਲ ਰਿਹਾ ਸੀ ਕਿ ਬਬਲ ਤੇਰੀਆਂ ਗੁੱਟੀਆਂ ਮੇਰੀਆਂ ਗੁੱਟੀਆਂ ਤੇਰੇ ਘਰ ਰਹਿ ਗਈਆਂ ਇਹ ਜਦੋਂ ਵਿਆਹ ਦੇ ਰਿਸ਼ਤੇ ਦੇ ਵਿੱਚ ਇੱਕ ਧੀ ਵੱਜਦੀ ਹੈ ਨਾ ਤੇ ਇੱਕ ਪਰਿਵਾਰ ਵੀ ਚੇਂਜ ਹੋਣਾ ਹੁੰਦਾ ਹੈ ਕਿਤੇ ਨਾ ਕਿਤੇ ਉਸ ਦਾ ਕਲਚਰ ਵੀ ਚੇਂਜ ਹੋਣਾ ਹੁੰਦਾ ਹੈ ਸਾਰੀ ਰੋਹਾਨੀਅਤ ਉਸ ਦੀ ਚੇਂਜ ਹੋ ਜਾਂਦੀ ਹੈ ਉਸ ਤੇ ਮਾਨਸਿਕ ਮਾਨਸਿਕਤਾ ਵੀ ਚੇਂਜ ਹੋ ਜਾਂਦੀ ਹੈ ਸਰਦਾਰ ਬਲਦੇਵ ਸਿੰਘ ਸੜਕਨਾਮਾ ਜੀ ਮੇਰੇ ਨਾਲ ਨੇ ਪਰਵਾਰਕ ਰਿਸ਼ਤਿਆਂ ਦੀ ਅਸੀਂ ਗੱਲਬਾਤ ਕਰ ਰਹੇ ਹਾਂ ਵਿਆਹ ਵਾਲੇ ਰਿਸ਼ਤੇ ਜਦੋਂ ਵਿਆਹ ਹੋ ਜਾਂਦਾ ਹੈ ਨਾ ਇੱਕ ਬੱਚੇ ਨੇ ਨਵੇਂ ਪਰਿਵਾਰ ਦੇ ਵਿੱਚ ਜਾਣਾ ਨਵੀਂ ਸੱਭਿਆਤਾ ਦੇ ਵਿੱਚ ਜਾਣਾ ਨਵੇਂ ਸੱਭਿਆਚਾਰ ਦੇ ਵਿੱਚ ਜਾਣਾ ਉਸਦੇ ਹੋਰ ਵੀ ਗਾਂ ਕਈ ਰਿਸ਼ਤੇ ਬੰਦੇ ਨੇ ਜਿਸ ਦੇ ਵਿੱਚ ਨਨਾਨੀ ਆ ਜਾਂਦੀ ਹੈ ਜਿਸ ਦੇ ਵਿੱਚ ਜੇਠ ਜਠਾਣੀਆਂ ਵੀ ਆ ਜਾਂਦੀਆਂ ਨੇ ਸੱਸ ਸਹੁਰਾ ਪਤੀ ਪਤਨੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਸਹੁਰੇ ਪਰਵਾਰ ਵਾਲੇ ਰਿਸ਼ਤੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਹਮ ਦੇਖੋ ਪਹਿਲੇ ਤਾਂ ਗੱਲ ਹੈ ਵੀ ਇੱਕ ਪਰਿਵਾਰ ਬਿਲਕੁਲ ਅਣਜਾਣ ਪਰਿਵਾਰ ਨਾਲ ਜੁੜ ਰਿਹਾ ਹੁੰਦਾ ਹੈ ਜੀ ਬਿਲਕੁਲ ਇਹ ਅੱਜ ਤੋਂ 50 60 ਸਾਲ ਪਹਿਲਾਂ ਦੀਆਂ ਗੱਲਾਂ ਮੈਂ ਕਰ ਰਿਹਾ ਹਾਂ ਹੁਣ ਤਾਂ ਅੱਜ ਕੱਲ ਤੇ ਹੈ ਵੀ ਮਹੀਨਾ ਮਹੀਨਾ ਉਹ ਡੇਟਿੰਗ ਹੀ ਚੱਲਦੀ ਰਹਿੰਦੀ ਹੈ ਤੇ ਉਹ ਅੱਜ ਦੀ ਗੱਲ ਨਹੀਂ ਇੱਕ ਸਮਾਂ ਸੀ ਵੀ ਜਦੋਂ ਪਰਿਵਾਰ ਬਿਲਕੁਲ ਨਵਾਂ ਪਰਿਵਾਰ ਜੋੜਨਾ ਹੁੰਦਾ ਸੀ ਸਹੁਰੇ ਘਰ ਆਈ ਜਿਹੜੀ ਧੀ ਹੈ ਜਾਂ ਉੱਥੇ ਆ ਕੇ ਨੂੰਹ ਬਣਦੀ ਹੈ ਉਸ ਨੂੰ ਜੇ ਜੇ ਮਿੰਨੇ ਸਾਲ-ਸਾਲ ਤੱਕ ਘਰ ਦੇ ਪੂਰੇ ਮਾਹੌਲ ਦਾ ਪਤਾ ਹੀ ਨਹੀਂ ਸੀ ਸਮਝੀ ਨਹੀਂ ਸੀ ਆਉਂਦੀ ਵੀ ਇਹਨਾਂ ਦਾ ਇੱਕ ਸੁਭਾਅ ਕਿਸ ਤਰ੍ਹਾਂ ਦਾ ਹੈ ਜੇ ਜਾਂ ਜੜਾਉ ਮੁੰਡਾ ਜੋਈ ਬਣਿਆ ਸਹੁਰੇ ਜਾਂਦਾ ਉਹਨੂੰ ਨਹੀਂ ਸੀ ਉੱਥੋਂ ਦੇ ਮਾਹੌਲ ਦਾ ਪਤਾ ਲੱਗਦਾ ਹੌਲੀ-ਹੌਲੀ ਜਿਹੜੇ ਸਭ ਤੋਂ ਜਿਹੜੇ ਹੈ ਰਿਸ਼ਤਿਆਂ ਦੀ ਜਿਹੜੀ ਇਨੀ ਨੇੜਤਾ ਬਣਦੀ ਸੀ ਇੱਕ ਦੂਜੇ ਦੀਆਂ ਬਾਹਾਂ ਬਣਦੇ ਸੀ ਮੁੰਡੇ ਦੇ ਸਾਲੇ ਜਾਂ ਉਹ ਕਿਤੇ ਉਹਨੂੰ ਮੁਸੀਬਤ ਪੈਣੀ ਆ ਉਹਨਾਂ ਨੂੰ ਕੋਈ ਸੰਕਟ ਆਉਣਾ ਇਹਨਾਂ ਦਾ ਸਾਰਿਆਂ ਦਾ ਇੱਕ ਦੂਜੇ ਦਾ ਹੌਸਾਹ ਦਿੰਦੇ ਰਹਿੰਦੇ ਸੀਗੇ ਔਰ ਸੰਸਾਰ ਨੂੰ ਅੱਗੇ ਤੋਰਨ ਲਈ ਇਹ ਜਿਹੜੀ ਰਸਮ ਸੀ ਵਿਆਹ ਦੀ ਇਹ ਵੀ ਬਹੁਤ ਜ਼ਰੂਰੀ ਸੀਗੀ ਔਰ ਇਸ ਤੋਂ ਬਿਨਾ ਜਿਹੜਾ ਹੈ ਉਹ ਉਸ ਤਰ੍ਹਾਂ ਸਾਰੇ ਬਾਕੀ ਜੇ ਇਸ ਤਰ੍ਹਾਂ ਦਾ ਸਬੰਧ ਬਣਦੇ ਸੀ ਤੋਂ ਵਰਜਿਤ ਹੁੰਦੇ ਸੀ ਪਰ ਇਹ ਇੱਕ ਸਮਾਜ ਵੱਲੋਂ ਪ੍ਰਵਾਨ ਕੀਤਾ ਹੋਇਆ ਸਬੰਧ ਸੀ ਜਿਹਦੇ ਨਾਲ ਅਸੀਂ ਸੰਸਾਰ ਨੂੰ ਚਲਾਉਣਾ ਹੁੰਦਾ ਹੈ ਪਰਿਵਾਰ ਨੂੰ ਅੱਗੇ ਚਲਾਉਣਾ ਹੁੰਦਾ ਇੱਕ ਤਾਂ ਇਹ ਦੀ ਬਹੁਤ ਇਹ ਮਹੱਤਵਪੂਰਨ ਗੱਲ ਹੈ ਜਿਹੜੀ ਇਸ ਦੀ ਜਿਹੜਾ ਸਮਾਜ ਦਾ ਵਿਆਹ ਵਾਲਾ ਰਿਸ਼ਤਾ ਹੈਗਾ ਹੁਣ ਇਹਦੇ ਵਿੱਚ ਜਦੋਂ ਨੋਕ ਝੋਕ ਵਿਵਿਆਹ ਦੇ ਵਿੱਚ ਵਿਆਹ ਵੇਲੇ ਵੀ ਵਿਆਹ ਤੋਂ ਬਾਅਦ ਵੀ ਜੀਜਾ ਸਾਲੀ ਦੀਆਂ ਨੋਕ ਝੋਕਾਂ ਜ ਜਾਂ ਸੱਸ ਨਨਾਨ ਤੇ ਨੂੰਦੀਆਂ ਆਪਸ ਵਿੱਚ ਭਾਬੀ ਨਨਾਨ ਦੀਆਂ ਆਪਸ ਵਿੱਚ ਕਿੱਸੇ ਬਣ ਗਏ ਇਸ ਤਰ੍ਹਾਂ ਦੀਆਂ ਬੜਾ ਕੁਝ ਬੜਾ ਕੁਝ ਪਿਆ ਸਾਡੇ ਗੀਤਾਂ ਵਿਦ ਵਿੱਚ ਪਰ ਕਿਤੇ ਕਿਤੇ ਜਦੋਂ ਜਦੋਂ ਅਸੀਂ ਅੱਜ ਦੇ ਸੰਦਰਭ ਵਿੱਚ ਗੱਲ ਕਰਦੇ ਆਂ ਅੱਜ ਦੇ ਸੰਦਰਭ ਵਿੱਚ ਜਿਹੜਾ ਉਹ ਸੀ ਨਾ ਜਿਹੜਾ ਇੱਕ ਆਨੰਦ ਆਉਂਦਾ ਹੁੰਦਾ ਸੀ ਬਿਲਕੁਲ ਪਿੰਡ ਦੀ ਧੀ ਕਿਸੇ ਪਰਿਵਾਰ ਦੀ ਧੀ ਪੂਰੇ ਪਿੰਡ ਦੀ ਧੀ ਹੁੰਦੀ ਸੀ ਜੀ ਬਿਲਕੁਲ ਧੀ ਦਾ ਵਿਆਹ ਤਾਂ ਬਿਨਾ ਸੱਦੇ ਤੋਂ ਬਿਨਾ ਕਹੇ ਤੋਂ ਪਿੰਡ ਜਿਨ੍ਹਾਂ ਦੇ ਘਰ ਮੱਝਾਂ ਨੇ ਲਵੇਰੀ ਆ ਉਹਨਾਂ ਨੂੰ ਦੁੱਧ ਆ ਰਿਹਾ ਹੈ ਜਿਨ੍ਹਾਂ ਦੇ ਘਰ ਹੋਰ ਕੋਈ ਸਾਧਨਾ ਉਹਨਾਂ ਦੇ ਘਰ ਪਹੁੰਚ ਰਿਹਾ ਹੈ ਬਰਾਤ ਜੇ 2 ਦਿਨ 3 ਦਿਨ ਰਹੀ ਹੈ ਤਾਂ ਚਾਚੇ ਨੇ ਰੋਟੀ ਕਰਤੀ ਬਰਾਤ ਨੂੰ ਪੰਚਾਇਤ ਨੇ ਰੋਟੀ ਕਰਤੀ ਬਰਾਤ ਨੂੰ ਇੱਕ ਦੂਜੇ ਨੂੰ ਕਿਵੇਂ ਉਹ ਸਹਿਯੋਗ ਦਿੰਦੇ ਸੀ ਉਹ ਅੱਜ ਸਾਰਾ ਕੁਝ ਅਸੀਂ ਮੈਰਿਜ ਪਲੇਸਾਂ ਵਿੱਚ ਜਾਣ ਕਰਕੇ ਗਵਾ ਲਿਆ ਕਿਸੇ ਕੋਲ ਕਿਸੇ ਕੋਲ ਟਾਈਮ ਹੀ ਨਹੀਂ ਹੈ ਜੀ ਬਿਲਕੁਲ ਕਈ ਵਾਰੀ ਤਾਂ ਸਿਰਫ ਉਹ ਅਜੇ ਅੰਦਰ ਵੜਦੇ ਨੇ ਲਫਾਫਾ ਪਹਿਲਾਂ ਹੁੰਦਾ ਜੀ ਮੈਂ ਨਾ ਜਾਣਾ ਜੀ ਮੈਨੂੰ ਪਲੀਜ਼ ਆ ਤੁਸੀਂ ਸ਼ਗਲ ਲਓ ਤਾਂ ਇਹ ਸਾਰਾ ਕੁਝ ਜਿਹੜਾ ਅਸੀਂ ਗਵਾ ਲਿਆ ਬਿਲਕੁਲ ਸਮੇਂ ਦੇ ਨਾਲ-ਨਾਲ ਜਿਵੇਂ-ਜਿਵੇਂ ਆਉਂਦਾ ਵਿਆਹ ਦੇ ਬਾਕੀ ਇਹ ਵਿਆਹ ਦਾ ਰਿਸ਼ਤਾ ਸਾਡੇ ਸਮਾਜ ਦੇ ਵਿੱਚ ਬਹੁਤ ਮਹੱਤਵਪੂਰਨ ਰਿਸ਼ਤਾ ਹੈ ਇਸ ਤੋਂ ਬਿਨਾ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਵੀ ਇਸ ਤੋਂ ਬਿਨਾ ਕਿਸੇ ਤਰ੍ਹਾਂ ਵੀ ਪਰਿਵਾਰਾਂ ਨੂੰ ਅੱਗੇ ਅਸੀਂ ਤੋਰਨ ਲਈ ਵਿਕਾਸ ਕਰ ਲਈਏ ਸੰਭਵ ਨਹੀਂ ਹੈ ਔਰ ਠੀਕ ਹੈ ਵੀ ਉਹਦੇ ਵਿੱਚ ਪਹਿਲਾਂ ਵਾਲੀ ਜਿਹੜੀ ਇਹ ਪਵਿੱਤਰਤਾ ਦੀ ਮर्यादा ਘਟਦੀ ਜਾ ਰਹੀ ਹੈ ਪਰ ਜਿਵੇਂ-ਜਿਵੇਂ ਸਮੇਂ ਦੇ ਨਾਲ-ਨਾਲ ਚਾਹੇ ਉਹ ਵਿਸ਼ਵੀਕਰਨ ਦਾ ਪ੍ਰਵਾਰ ਲਾ ਲੋ ਚਾਹੇ ਅੰਸਾਰ ਮੰਡੀ ਕਰਨ ਦਾ ਪ੍ਰਵਾਰ ਲਾ ਲੋ ਉਹਦੇ ਇਸ ਤਰ੍ਹਾਂ ਚੱਲਦਾ ਰਹੇਗਾ ਬਲਦੇਵ ਸਿੰਘ ਜੀ ਕਿੱਥੇ ਇੱਕ ਗੱਲ ਹੋਰ ਆਉਂਦੀ ਹੈ ਅਕਸਰ ਅਕਸਰ ਆਪਾਂ ਸੁਣਦੇ ਆਂ ਅਕਸਰ ਆਪਾਂ ਕਹਿੰਦੇ ਵੀ ਹਾਂ ਕਿ ਪਿੰਡਾਂ ਵਿੱਚ ਅੱਜ ਵੀ ਰਿਸ਼ਤੇ ਨਿਭਾਏ ਜਾਂਦੇ ਨੇ ਤੇ ਸ਼ਹਿਰਾਂ ਦੇ ਵਿੱਚ ਸ਼ਾਇਦ ਰਿਸ਼ਤੇ ਨਿਭਾਉਣ ਦੀ ਰੀਤ ਘਟ ਗਈ ਹੈ ਸ਼ਹਿਰਾਂ ਦੀ ਲਾਈਫ ਸ਼ਹਿਰਾਂ ਦੀ ਜ਼ਿੰਦਗੀ ਇਹ ਬੰਦ ਕਮਰੇ ਚ ਜਾਂ ਆਪਣੇ ਕੰਮਕਾਰਾਂ ਦੇ ਵਿੱਚ ਸੁੰਘੜ ਕੇ ਰਹਿ ਗਈ ਹੈ ਉੱਥੇ ਸਾਡੀ ਸੋਚ ਰਹਿ ਗਈ ਹੈ ਸਵੇਰੇ ਘਰਾਂ ਨੂੰ ਜਾਣਾ ਸ਼ਾਮੀ ਘਰਾਂ ਨੂੰ ਵਾਪਸ ਆ ਜਾਣਾ ਤੇ ਰੋਟੀ ਪਾਣੀ ਖਾ ਕੇ ਫਿਰ ਆਪਣੇ ਕੰਮਾਂ ਨੂੰ ਚੱਲ ਜਾਣਾ ਪਰ ਪਿੰਡਾਂ 'ਚ ਕਹਿੰਦੇ ਹਾਲੇ ਵੀ ਉਹੀ ਖੁੱਲੀ ਹਵਾ ਹੈ ਉਸ ਤਰ੍ਹਾਂ ਹੀ ਰਿਸ਼ਤੇ ਨਿਭਾਏ ਜਾਂਦੇ ਨੇ ਤੁਸੀਂ ਇਸ ਗੱਲ ਨਾਲ ਕਿੰਨਾ ਸਹਿਮਤ ਹੋ ਨਹੀਂ ਮੈਂ ਇਹਦੇ ਨਾਲ ਪੂਰਾ ਸਹਿਮਤ ਹਾਂ ਤੁਸੀਂ ਪਿੰਡਾਂ ਵਿੱਚ ਜਾਓ ਕਿਸੇ ਕਿਸੇ ਇੱਕ ਬੰਦੇ ਨੂੰ ਪੁੱਛੋ ਅਸੀਂ ਫਲਾਣੇ ਦੇ ਘਰ ਜਾਣਾ ਹੈ ਉਹ ਤੁਹਾਨੂੰ ਦੱਸ ਦੇਣਗੇ ਜੀ ਫਲਾਣੇ ਥਾਂ ਆ ਗਲੀ ਮੁੜ ਜਾਓ ਪਰਲਾ ਮੋੜ ਦੇ ਉੱਤੇ ਇੱਕ ਬੋਰਡ ਦਾ ਹੋਊਗਾ ਜਾਂ ਉੱਥੇ ਨੰਮ ਦਾ ਦਰਖਤ ਹੋਊਗਾ ਜੀ ਉਹਦੇ ਪਰਲਾ ਘਰ ਉਹਦਾ ਦਰਵਾਜ਼ਾ ਹੈ ਸ਼ਹਿਰ ਦੇ ਵਿੱਚ ਤੁਸੀਂ ਪੁੱਛ ਲਓ ਕਿਤੇ ਜਾ ਕੇ ਵੀ ਜੀ ਫਲਾਣੇ ਕੋਲੇ ਜਾਣਾ ਹੈ ਆ ਨੰਬਰ ਉਹ ਪਤਾ ਨਹੀਂ ਜੀ ਤੁਸੀਂ ਤੋਂ ਤੁਸੀਂ ਹੋਰ ਕਿਤੇ ਪਰ ਹੂੰ ਤੁਸੀਂ ਮੈਂ ਮੈਂ ਆਪਣੀ ਗੱਲ ਕਰਾਂ ਨਿੱਜੀ ਇੱਕ ਮਿਸਾਲ ਦੇ ਤੌਰ ਤੇ ਜੀ ਮੇਰੇ ਕੁਝ ਪਾਠਕਾਂ ਦਾ ਫੋਨ ਆ ਰਿਹਾ ਜੀ ਤੁਹਾਨੂੰ ਮਿਲਣ ਆਉਣਾ ਹੈ ਹੂੰ ਮੈਂ ਕਿਹਾ ਆ ਜਾਓ ਕੋਈ ਗੱਲ ਨਹੀਂ ਸਮਝਾਤਾ ਉਹਨਾਂ ਨੂੰ ਵੀ ਇੱਥੇ ਜੇ ਘਰ ਆ ਇੱਧਰ ਹੈ ਉਹ ਕਿਤੇ ਆਏ ਬਿਲਕੁਲ ਮੇਰੀ ਗਲੀ ਦੇ ਵਿੱਚ ਉਹ ਪੁੱਛ ਰਹੇ ਆ ਵੀ ਉਹ ਸੜਕਨਾਮਾ ਸਾਹਿਬ ਨੂੰ ਮਿਲਣਾ ਹੈ ਹੂੰ ਉਹ ਕਹਿੰਦੇ ਪਤਾ ਨਹੀਂ ਜੀ ਸਾਨੂੰ ਮੇਰੇ ਘਰ ਦੇ ਸਾਹਮਣੇ ਘਰ ਹੈ ਬਿਲਕੁਲ ਜੀ ਉਹ ਕਹਿੰਦੇ ਸੜਕਾਂ ਦੇ ਸਾਹਮਣੇ ਮਿਲਣਾ ਸੱਕੋ ਉਹਨਾਂ ਨੂੰ ਪਤਾ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਮੈਂ ਸਵੱਬ ਨਾਲ ਕਿਤੇ ਬਾਹਰ ਨਿਕਲਿਆ ਮੈਂ ਕਿਹਾ ਬੋਲਦੇ ਜੇ ਮੁੰਡੇ ਤੇ ਉਹ ਉਹਨਾਂ ਨੇ ਦੇਖ ਲਿਆ ਮੁੰਡਿਆਂ ਨੇ ਮੈਨੂੰ ਕਹਿੰਦੇ ਵੀ ਠੀਕ ਆ ਠੀਕ ਆ ਸਾਨੂੰ ਮਿਲ ਗਿਆ ਹੂੰ ਹੂੰ ਉਹ ਜਿਹੜਾ ਬਜ਼ੁਰਗ ਉੱਥੇ ਬਾਹਰ ਵਿੱਚ ਬੈਠਾ ਸੀ ਕੁਰਸੀ ਡਾਹੀ ਜੀ ਮੈਨੂੰ ਅਗਲੇ ਦਿਨ ਪੁੱਛਦਾ ਹੈ ਕਹਿੰਦਾ ਉਹ ਜਿਹੜੇ ਕੱਲ ਆਏ ਸੀਗੇ ਉਹ ਤੈਨੂੰ ਮਿਲਣ ਆਏ ਸੀ ਮੈਂ ਕਿਹਾ ਹਾਂ ਤੇ ਕਹਿੰਦੇ ਤੁਹਾਨੂੰ ਦੱਸਿਆ ਹੀ ਨਹੀਂ ਤੂੰ ਸੜਕਾਂ ਦਾ ਕੰਮ ਕਦੋਂ ਕਰਨ ਲੱਗ ਗਿਆ ਜਣੀ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਆਂਗੁਆਣ ਵਿੱਚ ਸਾਡੇ ਕੋਲੇ ਰਹਿ ਰਿਹਾ ਬੰਦਾ ਕੀ ਕਰ ਰਿਹਾ ਹੈ ਕੀ ਕਰ ਰਿਹਾ ਹੈ ਜੀ ਸਮਝਦੇ ਤਾਂ ਸੀ ਇਹ ਐ ਵੀ ਸਾਡੇ ਰਿਸ਼ਤੇ ਸੰਸਾਰ ਨਾਲ ਜੁੜ ਗਏ ਜੀ ਪਰ ਗੁਆਂਡੀ ਨੂੰ ਅਸੀਂ ਸਾਲ-ਸਾਲ ਬੁਲਾਉਂਦੇ ਨੇ ਛੇ-ਛੇ ਮਹੀਨੇ ਬੁਲਾਉਂਦੇ ਨੇ ਤੇ ਇਹ ਜਿਹੜਾ ਹੈ ਬਹੁਤ ਜ਼ਿਆਦੇ ਰਿਸ਼ਤਿਆਂ ਦੇ ਵਿੱਚ ਸ਼ਹਿਰੀ ਰਿਸ਼ਤਿਆਂ ਵਿੱਚ ਖਾਸ ਕਰਕੇ ਪਿੰਡਾਂ ਵਿੱਚ ਅਜੇ ਕੁਝ ਬਚਿਆ ਹੋਇਆ ਹੈ ਜੇ ਬਚਾ ਰਹੇ ਜੇ ਪਿੰਡਾਂ ਦੇ ਵਿੱਚ ਜਿਵੇਂ ਉਹ ਕਹਿ ਰਹੇ ਆ ਨਾ ਵੀ ਸ਼ਹਿਰਾਂ ਨੂੰ ਪਿੰਡਾਂ ਵਿੱਚ ਲੈ ਕੇ ਜਾਣਾ ਵੀ ਕਿਤੇ ਅਸੀਂ ਉਹ ਬਣਾ ਗਵਾ ਲਈਏ ਇਹ ਕੋਈ ਪਤਾ ਨਹੀਂ ਕੱਲ ਨੂੰ ਭਵਿੱਖ ਕੀ ਹੋਏਗਾ ਪਰ ਅਜੇ ਪਿੰਡਾਂ ਵਿੱਚ ਬੜਾ ਕੁਝ ਅਜੇ ਸਾਡੇ ਕੋਲੇ ਉਹ ਸਾਂਭਿਆ ਹੋਇਆ ਹੈ ਜਿਹੜਾ ਅਸੀਂ ਸ਼ਹਿਰਾਂ ਚ ਗਵਾ ਲਿਆ ਹੈ ਬਿਲਕੁਲ ਦੇਖੋ ਨਾ ਸਾਡੇ ਪਸ਼ੂ ਪੰਛੀ ਸਾਡੇ ਕੁਦਰਤ ਨਾਲ ਵੀ ਰਿਸ਼ਤਾ ਹੈ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਕਹੀਦਾ ਸੀ ਉਠੇ ਤੇ ਕਾਂ ਬੋਲਦਾ ਅੱਜ ਕੋਈ ਰਿਸ਼ਤਾ ਆਉਣਾ ਹੈ ਉਸ ਕਾਂ ਦੇ ਨਾਲ ਵੀ ਸਾਡਾ ਰਿਸ਼ਤਾ ਬਣ ਜਾਂਦਾ ਸੀ ਸਾਡੀ ਮਾਨਸਿਕਤਾ ਫਿਰ ਉਸ ਰਿਸ਼ਤੇ ਦੇ ਨਾਲ ਜੁੜ ਜਾਂਦੀ ਸੀ ਜਿਸ ਬਾਰੇ ਅਸੀਂ ਸੋਚ ਰਹੇ ਹੁੰਦੇ ਹਾਂ ਸ਼ਾਇਦ ਅੱਜ ਉਹ ਆ ਜਾਏ ਫਿਰ ਇੱਕ ਚਿੱਠੀ ਦਾ ਮਾਹੌਲ ਹੁੰਦਾ ਸੀ ਇੱਕ ਚਿੱਠੀ ਆਉਣੀ ਹੈ ਹਫਤੇ 10 ਦਿਨਾਂ ਬਾਅਦ ਡਾਕੀਆਂ ਆਉਂਦਾ ਸੀ ਡਾਕੀਆਂ ਦੀ ਰੋਜ਼ ਉਡੀਕ ਕਰਨੀ ਡਾਕੀਏ ਦੇ ਨਾਲ ਵੀ ਸਾਡਾ ਰਿਸ਼ਤਾ ਹੁੰਦਾ ਸੀ ਉਸ ਚਿੱਠੀ ਪਾਉਣ ਵਾਲੇ ਦੇ ਨਾਲ ਵੀ ਸਾਡਾ ਰਿਸ਼ਤਾ ਹੁੰਦਾ ਹੈ ਪਰ ਅੱਜ ਮੋਬਾਈਲ ਦਾ ਦੌਰ ਆ ਗਿਆ ਅੱਜ ਈਮੇਲ ਦਾ ਦੌਰ ਆ ਗਿਆ ਅੱਜ ਪੇਜਰਾਂ ਦਾ ਦੌਰ ਆ ਗਿਆ ਮੈਸੇਜ ਉਸੇ ਵੇਲੇ ਅਗਲੇ ਬੰਨੇ ਪਹੁੰਚ ਜਾਂਦਾ ਹੈ ਕਿਤੇ ਨਾ ਕਿਤੇ ਤਾਂਗ ਵੀ ਘਟ ਗਈ ਹੈ ਕਿਤੇ ਨਾ ਕਿਤੇ ਰਿਸ਼ਤਿਆਂ ਦਾ ਮੂਹ ਵੀ ਘਟ ਗਿਆ ਮੈਸੂਮ ਦੱਸਦਾ ਵੀ ਇਹਦਾ ਨੁਕਸਾਨ ਕੀ ਹੋਇਆ ਸਾਡਾ ਜੀ ਮੋਬਾਈਲ ਆਉਣ ਨਾਲ ਨੁਕਸਾਨ ਕੀ ਹੋਇਆ ਤੇ ਖਾਤਾਂ ਦਾ ਜਦੋਂ ਸਾਡਾ ਸਬੰਧ ਖਾਦਾਂ ਦਾ ਜਦੋਂ ਰਿਸ਼ਤੇ ਸੀ ਉਦੋਂ ਸਾਨੂੰ ਕੀ ਫਾਇਦੇ ਹੁੰਦੇ ਸੀ ਠੀਕ ਹੈ ਜੀ ਫਰਜ਼ ਕਰੋ ਇੱਕ ਮੈਂ ਜੇ ਮਿਸਾਲ ਦੇਵਾਂ ਤਾਂ ਲੜਕੀ ਦੀ ਆਈ ਹੋਈ ਹੈ ਸਹੁਰੇ ਉਸ ਨੂੰ ਤੰਗ ਕਰਦੇ ਆ ਜੀ ਉਸ ਨੇ ਕਿਸੇ ਨੂੰ ਕਿਸੇ ਨੂੰ ਕਹਿ ਕੋਈ ਖਤ ਲਿਖਾਤਾ ਆ ਦੇ ਪੇਕਿੰਗ ਆਪਣੇ ਵੀ ਮੈਨੂੰ ਤੰਗ ਕਰਦੇ ਆ ਮੈਨੂੰ ਇੱਥੋਂ ਲੈ ਜਾਓ ਜਾ ਕੇ ਇਹਨਾਂ ਨੂੰ ਸਮਝਾਓ ਜੀ ਉਹ ਚਿੱਠੀ ਪਹੁੰਚਦੀ ਪਹੁੰਚਦੀ 6-7 ਦਿਨਾਂ ਚ ਪਹੁੰਚਦੀ ਸੀ ਜੀ ਉਹਨਾਂ ਨੇ ਪੜ੍ਹਿਆ ਵੀ ਧੀ ਤਾਂ ਬਾੜੀਦੂ ਹੋਈ ਐ ਚਲੋ ਤਿਆਰੀ ਕਰਦੇ ਕਰਦੇ ਇੱਕ ਦੋ ਦਿਨ ਹੋਰ ਲੰਘ ਗਏ ਜਦੋਂ ਗਏ ਉੱਥੇ 6-7 ਦਿਨ ਜਦੋਂ ਗਏ ਉਹ ਜਿਹੜਾ ਤਣਾਅ ਘਰ ਚ ਬਣਿਆ ਹੋਇਆ ਸੀ ਉਹਦਾ ਤਣਾਅ ਕਿਤੇ हट ਗਿਆ ਉਹਨਾਂ ਦੇ ਰਿਸ਼ਤੇ ਸਾਂਵੇਂ ਹੋ ਗਏ ਜਦੋਂ ਦੇਖਿਆ ਵੀ ਲੜਕੀ ਤੇ ਉਹ ਸਾਰੇ ਸਾਰੇ ਖੁਸ਼ ਬੈਠੇ ਨੇ ਉਹ ਜਿਹੜਾ ਬਿਲਕੁਲ ਮਾਹੌਲ ਜਿਹੜਾ ਉਹ ਸ਼ਾਂਤ ਹੋ ਗਿਆ ਸਮੇਂ ਦੇ ਨਾਲ ਸ਼ਾਂਤ ਹੋ ਗਿਆ ਹੁਣ ਕੀ ਹੁੰਦਾ ਲੜਕੀ ਨੇ ਉਹਦੇ ਫੋਨ ਵਾਲਾ ਆਇਓ ਛੇਤੀ ਹੈ ਉਹ ਦੇਖਦੇ ਆ ਵੀ ਤਿੰਨਾਂ ਘੰਟਿਆਂ ਬਾਅਦ ਕਾਰ ਲੈ ਕੇ ਉੱਥੇ ਗਏ ਤੇ ਅਜੇ ਗੱਲ ਵਧੀ ਨਹੀਂ ਹੁੰਦੀ ਉਹ ਜਾ ਕੇ ਹੋਰ ਪੰਗਾ ਪਾਉਂਦੇ ਨੇ ਬੋਲਵਾ ਜਾਂਦੀ ਆ ਹੋਰ ਹੋਰ ਪੰਗੇ ਪੈਂਦੇ ਨੇ ਹੋਰ ਪਾ ਕੇ ਇੱਥੋਂ ਤੱਕ ਇਹ ਜਾਂਦਾ ਹੈ ਵੀ ਦੋਨਾਂ ਦੋ ਅੱਡੋ ਅੱਡ ਕਰਕੇ ਤਲਾਕ ਤੱਕ ਨੌਂਤ ਚਲੀ ਜਾਂਦੀ ਆ ਜਾਂ ਕੋਰਟ ਕਚੈਰੀਆਂ ਵਿੱਚ ਚੱਲ ਜਾਂਦੀ ਆ ਇਹ ਅਸੀਂ ਨੁਕਸਾਨ ਕਰ ਲਿਆ ਜਿਹੜੀ ਸੰਚਾਰ ਮਾਧਿਅਮ ਇਨਾ ਫਾਸਟ ਹੋ ਗਿਆ ਹੁਣ ਆਇਆ ਹੁਣੇ ਪਹੁੰਚੇ ਹੁਣੇ ਖਤਾ ਨੇ ਸਾਡਾ ਬੜਾ ਕੁਝ ਬਚਾ ਕੇ ਰੱਖਿਆ ਸੀ ਬੜੀਆਂ ਕੁਝ ਵੱਡੀਆਂ ਲੜਾਈਆਂ ਸਾਡੀਆਂ ਖਤਾ ਨੇ ਜੜੀਆਂ ਉਹ ਹੁੰਦਾਂ ਹੁੰਦੀਆਂ ਹੁੰਦੀਆਂ ਟਾਲੀਆਂ ਨੇ ਅਸੀਂ ਬੜਾ ਕੁਝ ਇਸ ਤਰ੍ਹਾਂ ਖਤਾਂ ਦਾ ਸੀ ਜੀ ਬਿਲਕੁਲ ਇਹ ਇੱਕ ਸਮਾਂ ਉਹ ਹੁੰਦਾ ਸੀ ਜਦੋਂ ਸਾਂਝਾ ਪਰਿਵਾਰ ਹੁੰਦਾ ਸੀ ਸਾਂਝੇ ਚੁੱਲ੍ਹੇ ਹੁੰਦੇ ਸਨ ਤੇ ਸਵੇਰੇ ਉੱਠ ਕੇ ਦਾਦੀ ਮਾਸੀ ਸਾਰਿਆਂ ਨੇ ਨਾਨੀ ਨੇ ਰਲ ਕੇ ਬੈਠਣਾ ਅਸੀਂ ਗੋਡੇ ਹੱਥ ਵੀ ਲਾਉਣਾ ਰਾਤ ਨੂੰ ਛੱਤਾਂ ਦੇ ਉੱਤੇ ਬਾਤਾਂ ਵੀ ਸੁਣਨੀਆਂ ਬਜ਼ੁਰਗਾਂ ਦੀ ਬਿਲਕੁਲ ਬਿਲਕੁਲ ਫਿਰ ਹੁਣ ਦਾ ਸਮਾਂ ਉਹ ਆ ਗਿਆ ਜਦੋਂ ਮਾਪਿਆਂ ਦਾ ਅਲੱਗ ਕਮਰਾ ਹੈ ਜਿੱਥੇ ਵੱਖਰਾ ਟੀਵੀ ਲੱਗਾ ਹੈ ਬੱਚਿਆਂ ਦਾ ਅਲੱਗ ਕਮਰਾ ਹੈ ਇਹ ਲੜਕੀ ਦਾ ਅਲੱਗ ਕਮਰਾ ਹੈ ਲੜਕੇ ਦਾ ਅਲੱਗ ਕਮਰਾ ਹੈ ਉਹਦੇ ਵਿੱਚ ਟੀਵੀ ਰੱਗੇ ਨੇ ਹਰ ਕ ਕਮਰੇ ਦੇ ਵਿੱਚ ਮੋਬਾਈਲ ਹੈ ਹਰ ਹੱਥ ਦੇ ਵਿੱਚ ਮੋਬਾਈਲ ਹੈ ਜਦੋਂ ਚਾਰ ਕਮਰਿਆਂ ਦੇ ਵਿੱਚ ਘਰ ਦੇ ਚਾਰ ਜੀਆ ਨੇ ਬੈਠਣਾ ਤੇ ਜੋ ਸਾਂਝੇ ਵਿੜੇ ਵਾਲੀ ਰੀਤ ਹੀ ਉਹ ਵੀ ਟੁੱਟ ਜਾਣੀ ਤੇ ਸਾਡੇ ਰਿਸ਼ਤੇ ਟੁੱਟਣਾ ਤੇ ਜਾਇਜ਼ ਨਹੀਂ ਬਿਲਕੁਲ ਦੇਖੋ ਇੱਕ ਸਮਾਂ ਇਹ ਸੀ ਜੀ ਵੀ ਪਹਿਲਾਂ ਤਾਂ ਪਿੰਡ 'ਚ ਕੋਈ ਹੁੰਦਾ ਹੀ ਨਹੀਂ ਸੀ ਮੋਬਾਈਲ ਜੀ ਬਿਲਕੁਲ ਜੋ فرض ਕਰੋ ਜੇ ਪਿੰਡ ਚ ਇੱਕ ਫੋਨ ਆ ਗਿਆ ਜੇ ਪਿੰਡ ਚ ਇੱਕ ਟੀਵੀ ਲੱਗ ਗਿਆ ਤਾਂ ਅੱਧਾ ਪਿੰਡ ਉੱਥੇ ਦੇਖਣ ਚਲਾ ਜਾਂਦਾ ਸੀ ਫਿਰ ਹੌਲੀ ਹੌਲੀ ਸਮਾਂ ਆਇਆ ਵੀ ਦੋ ਚਾਰ ਘਰਾਂ ਚ ਜਾ ਗਏ ਜੀ ਬਿਲਕੁਲ ਫਿਰ ਸਮੇਨ ਹੋਰ ਹੋਰ ਜਿਹੜੇ ਮੰਡੀ ਕਰਨ ਜਿਹੜਾ ਫੈਲਿਆ ਉਸ ਨੇ ਘਰ ਘਰ ਟੀਵੀ ਲਿਆ ਨਾ ਘਰ ਘਰ ਮੋਬਾਈਲ ਹੋ ਗਏ ਹੁਣ ਹਰ ਇੱਕ ਦੀ ਜੀਬ ਵਿੱਚ ਮੋਬਾਈਲ ਆ ਗਿਆ ਜੇ 6 ਜੀ ਆ ਤਾਂ 6 ਮੋਬਾਈਲ ਕਈਆਂ ਕੋਲੇ ਦੋ ਦੋ ਤਿੰਨ ਤਿੰਨ ਵੀ ਹੈਗੇ ਨੇ ਜੇ 6 ਜੀ ਆ ਤਾਂ 10 ਮੋਬਾਈਲ ਘਰ ਚ ਜੀ ਬਿਲਕੁਲ ਫਿਰ ਕੀ ਹੈ ਵੀ ਬੱਚੇ ਆਪਣੇ ਆਪਣੇ ਕਮਰਿਆਂ 'ਚ ਐ ਤਲ ਨੂੰ ਵਾਇਲਾ ਚਾਹ ਬਣ ਗਈ ਆ ਜਾਓ ਉੱਤਰਿਆ ਜਾਂ ਕਹਿਣਾ ਵੀ ਰੋਟੀ ਖਾਲਾ ਠੰਡੀ ਹੋ ਜੂਗੀ ਜਾਂ ਜਿਹਦੇ ਜਿਹਨੇ ਆਉਣਾ ਉਹ ਉਹਨੂੰ ਉਦੋਂ ਰੋਟੀ ਬਣਨੀ ਹੈ ਹਾਂ ਬਿਲਕੁਲ ਇੱਕ ਨੇ 8 ਵਜੇ ਆਉਣਾ ਉਹਨੂੰ 8 ਵਜੇ ਇੱਕ ਨੇ 9 ਵਜੇ ਆਉਣਾ 9 ਵਜੇ ਇੱਕ ਨੇ 11 ਵਜੇ ਆਉਣਾ ਉਹਨੂੰ 11 ਵਜੇ ਦੇਣੀ ਪੈਂਦੀ ਹੈ ਕਿੱਥੇ ਉਹ ਇੱਕੋ ਵਾਰੀ ਬਣ ਕੇ ਸਾਂਝੇ ਰੱਖ ਲੈਂਦੇ ਸੀ ਚਾਬਾ ਚਾਬਾ ਰੱਖ ਕੇ ਤੇ ਸਾਰਾ ਜਿਹੜੇ ਬੱਚੇ ਨੇ ਉਹ ਧਾਲੇ ਉੱਤੇ ਬੈਠੇ ਸੀ ਪਰਿਵਾਰ ਧਾਲੇ ਬੈਠਾ ਸੀ ਧਾਲੇ ਗੱਲਾਂ ਬਾਤਾਂ ਹੁੰਦੀਆਂ ਸੀ ਨਾਲੇ ਜੇ ਕੋਈ ਛੋਟਾ-ਬੋਟਾ ਤਣਾ ਹੈ ਉਹ ਦੂਰ ਹੋ ਜਾਂਦਾ ਸੀ ਹੱਸਦਾ ਖੇਡਦੇਆਂ ਤੋਂ ਹੁਣ ਉਹ ਹਰ ਕੋਈ ਚੁੱਪ ਕਰਕੇ ਆਉਂਦਾ ਖਾ ਕੇ ਫੇਰ ਉੱਥੇ ਚੜ ਜਾਂਦਾ ਹੈ ਜੀ 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 ਤਾਂ ਇਹ ਇੱਕ ਜਿਹੜਾ ਨਾ ਜਿਹੜਾ ਪਰਿਵ ਦੀ ਜਿਹਨੂੰ ਅਸੀਂ ਆਧੁਨਿਕਤਾ ਜਾਂ ਵਿਕਾਸ ਕਹਿੰਦੇ ਆ ਉਸ ਵਿਕਾਸ ਦੇ ਆੜੇ ਢੇਟ ਜਿਹੜਾ ਇਹ ਘਰਾਂ ਦੇ ਮਾਹੌਲ ਬਣਿਆ ਹੈ ਇਹ ਬਸ ਹਰ ਕੋਈ ਆਪਣੇ ਆਪ ਵਿੱਚ ਸੀਮਤ ਹੋ ਕੇ ਰਹਿ ਗਿਆ ਹੈ ਛੋਟੇ दायरे ਜਿੱਤੇ ਤੇ ਉਹ ਇਹਦੇ ਕਰਕੇ ਸਾਡੀ ਸੋਚ ਸਾਡੀ ਮਾਨਸਿਕਤਾ ਸਾਡੇ ਅੰਦਰ ਦਾ ਜਿਹੜਾ ਜਿਹੜੇ ਸਾਡੇ ਸੁਪਨੇ ਲੈਣਦੇ ਆ ਉਹ ਸਾਰੇ ਵਿਕਾਸ ਦੇ ਉਹ ਸਾਰਿਆਂ ਦੇ ਉੱਤੇ ਢਾਹ ਲੱਗ ਰਹੀ ਹੈ ਬਿਲਕੁਲ ਬੜਾ ਨੁਕਸਾਨ ਹੁੰਦਾ ਹੈ ਆਪਾਂ ਗੱਲਬਾਤ ਕੀਤੀ ਸੀ ਕਿ ਹਰ ਰਿਸ਼ਤੇ ਦੀ ਅਹਿਮੀਅਤ ਹੁੰਦੀ ਹੈ ਪਰ ਪਤੀ ਪਤਨੀ ਦਾ ਰਿਸ਼ਤਾ ਵੀ ਬਹੁਤ ਮਹੱਤਵਪੂਰਨ ਹੈ ਜਿੱਥੋਂ ਪਰਿਵਾਰ ਦੀ ਇੱਕ ਬੁਨਿਆਦ ਹੁੰਦੀ ਹੈ ਇੱਕ ਘਰ ਦੀ ਬੁਨਿਆਦ ਰੱਖੀ ਜਾਂਦੀ ਹੈ ਪਰ ਅੱਜ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਵੀ ਕਿਤੇ ਨਿੱਕੀ ਮੋਟੀ ਨੋਕ ਚੋਕ ਕਚਹਿਰੀਆਂ ਥਾਣਿਆਂ ਤੱਕ ਪਹੁੰਚ ਜਾਂਦੀ ਹੈ ਭਈ ਇੱਕ ਕਿਹੋ ਜਿਹਾ ਰਿਸ਼ਤਾ ਸੀ ਕਿਹੋ ਜਿਹਾ ਰਿਸ਼ਤਾ ਹੈ ਜਾਂ ਕਿਹੋ ਜਿਹਾ ਰਿਸ਼ਤਾ ਪਤੀ ਪਤਨੀ ਦਾ ਨਿੱਕੀ ਮੋਟੀ ਨੋਕ ਚੋਕ ਨਹੀਂ ਹੈ ਸਭ ਤੋਂ ਰਿਸ਼ਤਾ ਜਿਹੜਾ ਹੈ ਇਹ ਰੌਚਕ ਵੀ ਹੈ ਤੇ ਸਭ ਤੋਂ ਵਿਵਾਦਤ ਵੀ ਹੈ ਜੀ ਜੀ ਦੋਨੇ ਦੋਨੋਂ ਦੋਨੋਂ ਤਰ੍ਹਾਂ ਦਾ ਹੈ ਰਿਸ਼ਤਾ ਔਰ ਜੇ ਹੁਣ ਜੇ ਇਹ ਕਹਿੰਦੇ ਵੀ ਜੇ ਘਰ ਚ ਨੋਕ ਚੋਕ ਨਹੀਂ ਹੁੰਦੀ ਨਿੱਕੀ ਮਿੱਟੀ ਆਪਸ ਵਿੱਚ ਪਤੀ ਪਤਨੀ ਨਹੀਂ ਝਗੜਦੇ ਤਾਂ ਉਹ ਘਰ ਦਾ ਮਾਹੌਲ ਹੀ ਖੁਸ਼ਕੁਵਾਰ ਨਹੀਂ ਹੁੰਦਾ ਵੀ ਇਹਦੇ ਨਾਲ ਕੋਈ ਕਦੇ ਰੋਸ ਸਗੇ ਕਦੇ ਮਨਾ ਲੇ ਹੁਣ ਇੱਕ ਪਤੀ ਪਤਨੀ ਜਿਹੜੀ ਹੈ ਉਹ ਆਪਸ ਵਿੱਚ ਨਿਤ ਝਗੜਦੇ ਆ ਜਦੋਂ ਉਹਦਾ ਕੋਈ ਦੋਸਤ ਮਿਲਣ ਆਉਂਦਾ ਦੇਖਦਾ ਵੀ ਝੜੇ ਹੀ ਜਾਂਦੇ ਝਗੜੀ ਜਾਂਦੇ ਆ ਕੀ ਕਰਦੇ ਕੀ ਇਹ ਇੱਕ ਦੂਜੇ ਨਾਲ ਇਹਨਾਂ ਦੇ ਸੌਰੀ ਸਾਹ ਨਹੀਂ ਗੇ ਤੇ ਉਹ ਜਿਹੜਾ ਆਪਣਾ ਦੋਸਤ ਕਹਿੰਦਾ ਵੀ ਤੁਸੀਂ ਕਿਸੇ ਮਨੋਵਿਗਿਆਨੀ ਨੂੰ ਮਿਲ ਲਓ ਮੇਰਾ ਇੱਕ ਦੋਸਤ ਬਹੁਤ ਵਧੀਆ ਮਨੋਵਿਗਿਆਨੀ ਹੈ ਤੁਸੀਂ ਉਹਦੇ ਕੋਲ ਜਾ ਕੇ ਆਓ ਹੂੰ ਹੂੰ ਉਹਦੇ ਕੋਲ ਜਾ ਕੇ ਆਉਂਦੇ ਆ ਉੱਥੇ ਫੇਰ ਜਾ ਕੇ ਲੜ ਪੈਂਦੇ ਆ ਹੂੰ ਉਹ ਕਹਿੰਦਾ ਵੀ ਤੁਸੀਂ ਪਤਨੀ ਨੂੰ ਪੁੱਛਦਾ ਹੈ ਕਹਿੰਦਾ ਤੈਨੂੰ ਇਹਦੇ ਵਿੱਚ ਕੋਈ ਚੰਗੀ ਗੱਲ ਨਹੀਂ ਲੱਗਦੀ ਉਹ ਚੁੱਪ ਕਰ ਗਈ ਫਿਰ ਉਹਨੇ ਪਤੀ ਨੂੰ ਪੁੱਛਿਆ ਵੀ ਤੈਨੂੰ ਪਤਨੀ ਵਿੱਚ ਕੋਈ ਚੰਗੀ ਗੱਲ ਨਹੀਂ ਲੱਗਦੀ ਹੂੰ ਉਹ ਵੀ ਚੁੱਪ ਕਰ ਗਿਆ ਉਹ ਕਹਿੰਦਾ ਵੀ ਐ ਨਹੀਂ ਤੂੰ ਦੱਸਣਾ ਐ ਕਰੋ ਦੋ ਕਾਗਜ਼ੇ ਲੈ ਲਓ ਤੇ ਤੂੰ ਅੱਡੋ ਅੱਡ ਬਹਿ ਜਾਓ ਜਿਹੜੀ ਪਤਨੀ ਨੂੰ ਕਹਿੰਦਾ ਵੀ ਜਿਹੜੀ ਤੈਨੂੰ ਪਤੀ ਚ ਗੱਲ ਚੰਗੀ ਲੱਗਦੀ ਆ ਉਹ ਲਿਖ ਕੇ ਦੇ ਦੇ ਮੈਨੂੰ ਤੇ ਪਤੀ ਨੂੰ ਕਹਿੰਦਾ ਵੀ ਜਿਹੜੀ ਇਹ ਨਹੀਂ ਕੋਈ ਚੰਗੀਆਂ ਗੱਲਾਂ ਉਹਦੇ ਮਾੜੀਆਂ ਨਹੀਂ ਕੋਈ ਮਾੜੀਆਂ ਤੂੰ ਦੱਸਦੀਆਂ ਮੈਨੂੰ ਮੈਂ ਸੁਣ ਲਈਆਂ ਅੱਛਾ ਜੋ ਬੈਠੇ ਬਿਠੇ ਸੋਚੀ ਗਏ ਸੋਚੀ ਗਏ ਲਿਖਣ ਲੱਗੇ ਪੇਜ ਭਰ ਲਿਆ ਪਤਨੀ ਨੇ ਪੇਜ ਭਰ ਲਿਆ ਮੁੜ ਕੇ ਉਹ ਨੂੰ ਕਹਿੰਦਾ ਹੁਣ ਦੋਨੇ ਆਜੋ ਪਤਨੀ ਨੂੰ ਕਹਿੰਦਾ ਤੂੰ ਆਵਦਾ ਕਾਗਜ਼ ਇਹਨੂੰ ਦੇ ਦੇ ਤੇ ਪਤਨੀ ਨੂੰ ਕਹਿੰਦਾ ਤੂੰ ਇਹਨੂੰ ਦੇ ਦੇ ਪੜੋ ਕਹਿੰਦਾ ਬੈਠ ਮੇਰੇ ਸਾਹਮਣੇ ਹਮਮ ਔਰ ਨਾਲੇ ਦੋਨੇ ਪੜੀ ਜਾ ਰਹੇ ਨਾਲੇ ਰੋਈ ਜਾ ਰਹੇ ਰੋਈ ਜਾ ਰਹੇ ਵੀ ਆਇਆ ਤਾਂ ਮੈਨੂੰ ਇਹ ਜਦੋਂ ਤਨਖਾਹ ਦਿੰਦਾ ਮੈਨੂੰ ਫੜਾ ਦਿੰਦਾ ਐ ਤਾਂ ਮੈਨੂੰ ਇਹਨੇ ਕਦੇ ਅੱਜ ਤਾਈਂ ਹੱਥ ਨਹੀਂ ਚੁੱਕਿਆ ਮੂੰਹ ਦਾ ਹੀ ਮਾੜਾ ਬੋਲਦਾ ਸੀਗਾ ਤੇ ਐ ਤਾਂ ਆਹ ਇਹਦੀਆਂ ਗੋਚਨ ਨੇ ਮੈਨੂੰ ਕਮਾਉਣੀ ਉਧਰੋਂ ਉਹਨੂੰ ਕਰੀ ਜਾਵੇ ਵੀ ਇਹ ਖਾਣਾ ਬਹੁਤ ਵਧੀਆ ਬਣਾਉਂਦੀ ਐ ਤਾਂ ਤੇ ਉਹਨੂੰ ਚੰਗੀਆਂ ਗੱਲਾਂ ਚ ਇੱਥੇ ਆ ਕੇ ਉਹ ਆਏ ਸੀ ਲੜਦੇ ਲੜਦੇ ਤੇ ਦੋਵੇਂ ਹੱਥ ਫੜ ਕੇ ਜਿਹੜੇ ਉਹ ਵਾਪਸ ਜਾ ਰਹੇ ਤੇ ਕਈ ਵਾਰੀ ਕਈ ਵਾਰੀ ਅਸੀਂ ਸਾਡੇ ਰਿਸ਼ਤੇ ਇਹ ਹਜੇ ਐ ਵੀ ਸਾਨੂੰ ਆਪਣੇ ਆਪਣੀ ਗਰੀਬੀ ਜਾਂ ਆਪਣੀ ਮੀਰੀ ਨਹੀਂ ਪਰ ਜਿਹੜੇ ਗਵਾਂਢੀ ਦੀ ਮੀਰੀ ਜਾਂ ਉਹਨਾਂ ਦੀ ਖੁਸ਼ੀ ਬੜੀ ਚੁੱਭਦੀ ਹੁੰਦੀ ਐ ਵੀ ਇਹ ਇਹ ਸਾਡਾ ਗਵਾਂਢ ਉਹ ਜਿਹੜਾ ਇਹ ਇੰਨਾ ਹੱਸ ਰਿਹਾ ਹੈ ਹੂੰ ਹੂੰ ਇੱਕਦਮ ਦੋਨੇ ਪਤੀ ਪਤਨੀ ਕਹਿੰਦੇ ਵੀ ਆਪਾਂ ਤਾਂ ਲੜਦੇ ਆ ਇਹ ਇੰਨੇ ਖੁਸ਼ ਕਾ ਤੋ ਹੈ ਇਹ ਖੜਖੜ ਕਾ ਸੀ ਜਾਂਦੇ ਰਹਿੰਦੇ ਆ ਕਹਿੰਦਾ ਵੀ ਇਹ ਇਹ ਕੀ ਇਹਦਾ ਪਤਾ ਕਰ ਉਹ ਜੀ ਹੌਲੀ ਹੌਲੀ ਇੱਕ ਦੋ ਦਿਨਾਂ ਚ ਭੇਤ ਲਾਉਦਾ ਲੂੰਦਾ ਕੋਈ ਬਾਰੀ ਬੂਰੀ ਉਹਨਾਂ ਦੀ ਖੁੱਲੀ ਸੀ ਉੱਤੇ ਖੜ ਗਿਆ ਉਹ ਪਤੀ ਜਿਹੜਾ ਉਹ ਉਹਨੇ ਦੇਖਿਆ ਵੀ ਉਸ ਘਰ ਵਾਲਾ ਬੈਠਾ ਲਿਖ ਰਿਹਾ ਕੁਝ ਅਚਾਨਕ ਫੋਨ ਦੀ ਘੰਟੀ ਵੱਜੀ ਉਹ ਉੱਠਣ ਲੱਗਾ ਤੇ ਉੱਥੇ ਪਿਆ ਸੀ ਮਰਦਮਾਨ ਤੇ ਉਹਦੇ ਫੁੱਲਦਾਨ ਪਿਆ ਸੀਗਾ ਫੁੱਲਦਾਨ ਦੇ ਹੱਥ ਵੱਤੇ ਪੁੰਜੇ ਡਿੱਗ ਪਏ ਅੱਛਾ ਜੀ ਟੁੱਟ ਗਿਆ ਔਰ ਸੋਈ ਚ ਸੀ ਕਿਤੇ ਖੜਕਾ ਹੋਇਆ ਉੱਤੇ ਉਹ ਦੇਖਿਆ ਵੀ ਉਹ ਕੱਚ ਚੁੱਕਣ ਲੱਗ ਗਿਆ ਨਾਲ ਹੀ ਉਹ ਚੁੱਕਣ ਲੱਗ ਗਈ ਕਹਿੰਦਾ ਮੇਰੀ ਕਹਿੰਦੀ ਮੇਰੀ ਗਲਤੀ ਸੀਗੀ ਮੈਂ ਪਤਾ ਨਹੀਂ ਸਾਫ਼ ਕਰਦੀ ਕਰਦੀ ਇੱਥੇ ਟੇਬਲ ਤੇ ਕਿਵੇਂ ਰੱਖਤਾ ਉਹ ਕਹਿੰਦਾ ਤੇਰੀ ਗਲਤੀ ਨਹੀਂ ਸੀ ਮੈਥੋਂ ਹੀ ਇੱਧਰ ਹੱਥ ਵੱਜ ਗਿਆ ਗਲਤੀ ਮੇਰੀ ਹੈ ਉਹ ਦੋਨੇ ਇੱਕ ਦੂਜੇ ਦੀਆਂ ਗਲਤੀਆਂ ਮੰਨੀ ਜਾਂਦੇ ਉਹ ਆ ਕੇ ਇੱਕ ਪਤਨੀ ਨੂੰ ਕਹਿੰਦਾ ਮੈਂ ਪੇਦ ਲੱਭ ਲਿਆ ਕਹਿੰਦਾ ਉਹ ਤਾਂ ਇੱਕ ਦੂਜੇ ਦੀਆਂ ਗਲਤੀਆਂ ਮੰਨੀ ਜਾਂਦੇ ਆ ਕਹਿੰਦਾ ਆਪਾਂ ਉਹਨਾਂ ਦੇ ਪਿੱਛੇ ਡਾਇਗਨੋਸ ਕਦੇ ਗਾਲੋ-ਗਲੋਜ ਤੇ ਤੂੰ ਤੋਂ ਮੈਂ ਮੈਂ ਕਰੀ ਜਾਂਦੇ ਆ ਕਹਿੰਦਾ ਵੀ ਜਦੋਂ ਫਿਰ ਉਹ ਖਲੀਲ ਜਬਰਾਨ ਕਹਿੰਦਾ ਉਹ ਕਹਿੰਦਾ ਵੀ ਜਿਹੜਾ ਮਰਦ ਕਿਸੇ ਔਰਤ ਦੀਆਂ ਨਿੱਕੀਆਂ-ਮੋਟੀਆਂ ਗੱਲਾਂ ਉਹਨਾਂ ਦੀਆਂ ਗਲਤੀਆਂ ਨੂੰ ਮਾਫ਼ ਨਹੀਂ ਕਰ ਸਕਦਾ ਹੂੰ ਉਹ ਮਰਦ ਔਰਤ ਦੀਆਂ ਨੇਕੀਆਂ ਤੇ ਮਿਹਰਬਾਨੀਆਂ ਨੂੰ ਕਦੇ ਨਹੀਂ ਮਾਣ ਸਕਦਾ ਕਦੇ ਨਹੀਂ ਮਾਣ ਸਕਦਾ ਤੇ ਪਤੀ-ਪਤਨੀ ਦੇ ਰਿਸ਼ਤੇ ਹੀ ਇਸ ਤਰ੍ਹਾਂ ਦੇ ਨੇ ਵੀ ਉਹ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਬਹੁਤ ਜ਼ਰੂਰੀ ਹੈ ਵੀ ਛੋਟੀਆਂ-ਛੋਟੀਆਂ ਗੱਲਾਂ ਜੇ ਅਸੀਂ ਉਸ ਨੂੰ ਉਹ ਨਾ ਵੜਾ ਕੇ ਨਾ ਦੇਖੀਏ ਜਾਂ ਉਸ ਨੂੰ ਕਹੀਏ ਵੀ ਹਾਂ ਇਹ ਤਾਂ ਕੁਝ ਨਹੀਂ ਆਇਆ ਤਾਂ ਵੈਸੇ ਹੋ ਜਾਂਦਾ ਹੈ ਕੁਦਰਤੀ ਗੱਲ ਹੈਗੀ ਹੈ ਤੇ ਇਹ ਜਿਹੜੇ ਇਹ ਜਿਹੜੇ ਰਿਸ਼ਤੇ ਜਿਹੜੇ ਆ ਇਹ ਘਰ ਨੂੰ ਸਵਰਗ ਬਣਾਉਣ ਵਾਲੇ ਰਿਸ਼ਤੇ ਘਰ ਨੂੰ ਨਰਕ ਬਣਾਉਣ ਵਾਲੇ ਬਿਲਕੁਲ ਜੀ ਸਾਰਾ ਕੁਝ ਸਾਡੇ ਤੇ ਨਿਰਭਰ ਹੈ ਤੇ ਥੋੜੇ ਸ਼ਬਦਾਂ ਦੇ ਵਿੱਚ ਰਿਸ਼ਤਿਆਂ ਨੂੰ ਪਰਵਾਰਿਕ ਰਿਸ਼ਤਿਆਂ ਨੂੰ ਲੈ ਕੇ ਸੁਨੇਹਾ ਸੁਨੇਹਾ ਤਾਂ ਮੈਂ ਕੀ ਦੇਣਾ ਮੈਂ ਤਾਂ ਇਹ ਸਮਝਦਾ ਵੀ ਜਿਸ ਤਰ੍ਹਾਂ ਸੰਸਾਰ ਮੰਡੀ ਜਿਹੜੀ ਹੈ ਇਹ ਸਾਡੇ ਮੁੱਲਾ ਨੂੰ ਸਾਡੇ ਸੱਭਿਆਚਾਰ ਨੂੰ ਸਾਡੇ ਰਿਸ਼ਤਿਆਂ ਨੂੰ ਸਾਡੀਆਂ ਕਦਰਾਂ ਕੀਮਤਾਂ ਨੂੰ ਖਾ ਰਹੀ ਹੈ ਜੀ ਹੁਣ ਹੁਣ ਦੇਖੋ ਮੈਂ ਸੁਨੇਹੇ ਵੰਗੀ ਦੱਸਦਾ ਹਾਂ ਕਿ ਕਦੇ ਸਾਡੇ ਕੋਲੇ ਸਾਰੇ ਰਿਸ਼ਤੇ ਸੀ ਚਾਚਾ ਚਾਚੀ ਮਾਮਾ ਮਾਮੀ ਭਾਂਜੇ ਅੰਗਰੇਜ਼ ਆਏ ਅੰਕਲ ਆਂਟੀ ਤੇ ਸੀਮਿਤ ਕਰਤੇ ਉਹਨੇ ਹੁਣ ਫੇਸਬੁਕ ਆਈ ਉਹ ਅੰਕਲ ਆਂਟੀ ਵੀ ਖਾ ਗਏ ਸਿਰਫ ਫਰੈਂਡ ਫਰੈਂਡ ਸੌਰੇ ਦੀ ਨੂੰ ਫਰੈਂਡ ਨਾਨੇ ਦੀ ਦੋਤੀ ਫਰੈਂਡ ਪਤੀ ਦੀ ਪਤਨੀ ਫਰੈਂਡ ਦੋਨੇ ਆਪਸਿਰਫ ਫਰੈਂਡ ਦੇ ਰਿਸ਼ਤੇ ਪਰ ਇਹ ਵੀ ਇਹਨਾਂ ਨਰਾਸ਼ ਹੋਣ ਦੀ ਵੀ ਲੋੜ ਨਹੀਂ ਇੱਕ ਸਮਾਂ ਆਊਗਾ ਜਦੋਂ ਅਸੀਂ ਇਹ ਅਹਿਸਾਸ ਕਰਾਂਗੇ ਜਾਂ ਸਾਨੂੰ ਇਹ ਅਹਿਸਾਸ ਕਰਨਾ ਚਾਹੀਦਾ ਸਾਨੂੰ ਉਮੀਦ ਰੱਖਣੀ ਚਾਹੀਦੀ ਹੈ ਵੀ ਅਸੀਂ ਫੇਰ ਉਹ ਪੁਰਾਣੇ ਰਿਸ਼ਤੇ ਸਾਡੇ ਸਾਡੇ ਉਹ ਜ਼ਰੂਰ ਬਣੇ ਰਹਿਣ ਬੇਸ਼ੱਕ ਅਸੀਂ ਨਾਲ ਆਧੁਨਿਕਤਾ ਦੇ ਚੱਲੀਏ ਪਰ ਆਪਣੇ ਰਿਸ਼ਤਿਆਂ ਨੂੰ ਨਾ ਗਵਾਈਏ ਇਹਦੇ ਨਾਲ ਹੀ ਸਾਡੇ ਪਰਿਵਾਰ ਸਾਡਾ ਸਮਾਜ ਸਾਡਾ ਜਿਹੜਾ ਉਹ ਜਿਹੜਾ ਉਹਨਾ ਸੁੰਦਰ ਲੱਗਦਾ ਰਹੇਗਾ ਸੁੰਦਰ ਲੱਗਦਾ ਰਹੇਗਾ ਬਿਲਕੁਲ ਜੀ ਤੁਸੀਂ ਆਪਣਾ ਬਹੁਤ ਹੀ ਕੀਮਤੀ ਸਮਾਂ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਇਹ ਰਿਸ਼ਤਿਆਂ ਦੀ ਗੱਲਬਾਤ ਕੀਤੀ ਸਾਡੀ ਵੀ ਇਹੀ ਦੁਆ ਕਿ ਹਮੇਸ਼ਾ ਰਿਸ਼ਤੇ ਇਹ ਸਾਂਝ ਦੀਆਂ ਤੰਦਾਂ ਮਜ਼ਬੂਤ ਰਹਿਣ ਆਓ ਰਿਸ਼ਤਿਆਂ ਨੂੰ ਨਿਭਾਉਂਦੇ ਰਹੀਏ ਸੜਕਨਾਮਾ ਸਾਬ ਤੁਹਾਡਾ ਬਹੁਤ ਬਹੁਤ ਤੁਹਾਡਾ ਵੀ ਸਾਰਿਆਂ ਦਾ ਇਹ ਗੱਲਾਂ ਸੋਹਟਿਆਂ ਦਾ ਵੀ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ